ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਕਾਰਯੋਗ ਸਾਧ ਸੰਗਤ ਜੀਓ ਜਿਵੇਂ ਕਿ ਗਰਬਾਣੀ ਦਾ ਫਰਮਾਨ ਹੈ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਬਡਭਾਗਾ ਮੈਲਾ ਕਦੇ ਨਾ ਹੋਊ ਭੀ ਨਾ ਲਾਗੇ ਧਗਾ ਐਸੇ ਲਾਲ ਰੰਗ ਦੇ ਵਿੱਚੋਂ ਇੱਕ ਇੰਗਲੈਂਡ ਦੇ ਮਿਸਟਰ ਮੁਕਾਲਫ ਗੋਰੇ ਸਿੰਘ ਹੋਏ ਆ ਜਿਨ੍ਹਾਂ ਦੇ ਜੀਵਨ ਦੇ ਵਿੱਚ ਬਾਬਾ ਸਾਧੂ ਸਿੰਘ ਦੀ ਘਟਨਾ ਨੇ ਉਹਨਾਂ ਦੇ ਮਨ ਤੇ ਉੱਤੇ ਐਡਾ ਭਾਰਾ ਅਸਰ ਕੀਤਾ ਸੀ ਕਿ ਮਿਸਟਰ ਮਕਾਲਫਦਾ ਜਿਹੜਾ ਮਨ ਤਨ ਆਤਮਾ ਪੂਰੀ ਤਰ੍ਹਾਂ ਸਿੱਖ ਧਰਮ ਦੇ ਵਿੱਚ ਰੰਗੀ ਗਈ ਸੀ ਸੋ ਮਿਸਟਰ ਮਕਾਲਫ ਨੇ ਆਪਣੇ ਜੀਵਨ ਦੇ ਖੋਜ ਅਧਿਐਨ ਦੇ ਅੰਦਰ 6 ਗ੍ਰੰਥ ਗੁਰਮਤ ਦੇ ਬੜੇ ਭਾਰੇ ਲਿਖੇ ਆ ਤੇ ਇਹ 6 ਗ੍ਰੰਥ ਅੱਜ ਲੰਡਨ ਦੀ ਐਕਸਪੋਰਟ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਲਿਖੇ ਹੋਏ ਗ੍ਰੰਥ ਬਹੁਤ ਪੜ੍ਹਨੇ ਯੋਗ ਹੈ ਤੇ ਜਿਨ੍ਹਾਂ ਗ੍ਰੰਥਾਂ ਦੇ ਅਧਿਐਨ ਦੇ ਨਾਲ ਆਮ ਕਰਕੇ ਸਿੱਖ ਵਰਗ ਦੇ ਜਿੰਨੇ ਵੀ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਬਹੁਤ ਵੱਡਾ ਮੂਲਾ ਔਰ ਅਨਮੋਲ ਖਜ਼ਾਨਾ ਪ੍ਰਾਪਤ ਹੋ ਸਕਦਾ ਹੈਗਾ ਸੋ ਅੱਜ ਦਾਸ ਮਿਸਟਰ ਮੁਕਾਲਫ ਦੀ ਜਿਹੜੀ ਇਹ ਪਹਿਲੀ ਘਟਨਾ ਬਾਬਾ ਸਾਧੂ ਸਿੰਘ ਦੇ ਨਾਲ ਹੋਈ ਆ ਉਸ ਦਾ ਖਲਾਸਾ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਜਿਹੜੇ ਹਨ ਬਾਬਾ ਸਾਧੂ ਸਿੰਘ ਸਿਗੇ ਇਹਨਾਂ ਦਾ ਪਿੰਡ ਸਿਕਾ ਬੜਿਆਲ ਇਹ ਜਿਹੜਾ ਬੜਿਆਲ ਸੀ ਇਹ ਆਟਕ ਤਹਿਸੀਲ ਅੱਜ ਕੱਲ ਪਾਕਿਸਤਾਨ ਦੇ ਵਿੱਚ ਪੈਂਦਾ ਹੈਗਾ ਤੇ ਇਹ ਇਲਾਕਾ ਜਿਸ ਨੂੰ ਫਤਿਹਜੰਗ ਆਖਦੇ ਹੁੰਦੇ ਸੀ ਉਸ ਦੇ ਵਿੱਚ ਬਾਬਾ ਸਾਧੂ ਸਿੰਘ ਹੋਣਾ ਦਾ ਜਨਮ ਹੋਇਆ ਸੀ ਕਿਉਂਕਿ ਆੜੇ ਦਵਾਰੇ ਕੋਈ ਸਕੂਲ ਨਹੀਂ ਸੀ ਉਹਨਾਂ ਟੈਮਾਂ ਦੇ ਵਿੱਚ ਇਸ ਕਰਕੇ ਮਹਾਪੁਰਖਾਂ ਨੇ ਆਪਣੇ ਜੀਵਨ ਦੀ ਜਿਹੜੀ ਪੜ੍ਹਾਈ ਆ ਦੁਨਿਆਵੀ ਸਕੂਲ ਦੀ ਉਹ ਰਾਵਲ ਪਿੰਡੀ ਦੇ ਇਲਾਕੇ ਦੇ ਵਿੱਚ ਕੀਤੀ ਸੀ ਔਰ ਬਾਬਾ ਸਾਧੂ ਸਿੰਘ ਜੀ ਪੜਨ ਦੇ ਵਿੱਚ ਇੰਨੇ ਹਿਸ਼ਾਰ ਸੀਗੇ ਕਿ ਤਕਰੀਬਨ ਜਦੋਂ ਇਹ 7-8 ਜਮਾਤਾਂ ਪੜ ਚੁੱਕੇ ਸੀਗੇ ਤੇ ਇਹਨਾਂ 7-8 ਜਮਾਤਾਂ ਤੋਂ ਬਾਅਦ ਫਿਰ ਜਦ ਉਸ ਟਾਈਮ ਗੋਰਿਆਂ ਦੀ ਜੰਗ ਦੇ ਵਿੱਚ ਬੜਾ ਜ਼ੋਰ ਪੈ ਗਿਆ ਸੀਗਾ ਤੇ ਗੋਰੇ ਨੌਜਵਾਨ ਜਿਹੜੇ ਲੜਕੇ ਸੀ ਉਹਨਾਂ ਦੀ ਤਲਾਸ਼ ਦੇ ਵਿੱਚ ਹਮੇਸ਼ਾ ਰਹਿੰਦੀ ਸੀ ਤੇ ਇਸੇ ਕਰਕੇ ਗੋਰਿਆਂ ਨੇ ਬਾਬਾ ਸਾਧੂ ਸਿੰਘ ਜੀ ਨੂੰ ਵੀ ਆਪਣੀ ਫੌਜ ਦੇ ਵਿੱਚ ਨਾ ਚਾਹੁੰਦੇ ਹੋਏ ਵੀ ਭਰਤੀ ਕਰ ਲਿਆ ਸੀ لیکن ਬਾਬਾ ਸਾਧੂ ਸਿੰਘ ਦੇ ਸਰੀਰ ਕਰਕੇ ਬੜੇ ਰਿਸਟ ਪੋਸਟ ਹੁੰਦੇ ਸੀਗੇ ਔਰ ਖਾਸ ਕਰਕੇ ਥੋੜੀਆਂ ਕਲਾਸਾਂ ਪੜ੍ਹਨ ਦੇ ਬਾਵਜੂਦ ਵੀ ਅੰਗਰੇਜ਼ੀ ਬੋਲਣ ਵਿੱਚ ਬਹੁਤ ਚੰਗੀ ਮੁਹਾਰਤ ਰੱਖਦੇ ਹੁੰਦੇ ਸੀਗੇ ਇਸ ਕਰਕੇ ਉਸ ਟਾਈਮ ਇੱਕ ਗੋਰੇ ਕਮਾਂਡਰ ਨੇ ਬਾਬਾ ਸਾਧੂ ਸਿੰਘ ਨੂੰ ਆਪਣਾ ਅੰਗ ਰੱਖਿਆ ਨਿਯੁਕਤ ਕਰ ਲਿਆ ਸੀਗਾ ਔਰ ਇਸ ਪਲਟਨ ਦੇ ਦੌਰਾਨ ਬਾਬਾ ਸਾਧੂ ਸਿੰਘ ਨੇ ਜਿੰਨੇ ਵੀ ਗੋਰਿਆਂ ਦੇ ਕਾਨੂੰਨ ਸੀ ਫੌਜ ਦੇ ਅੰਦਰ ਉਹਨਾਂ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਮੁਹਾਰਤ ਹਾਸਲ ਕਰ ਲਈ ਸੀ ਤੇ ਹਰ ਇੱਕ ਤਰ੍ਹਾਂ ਦੇ ਜਿਹੜੇ ਹਥਿਆਰ ਸੀ ਉਹਨਾਂ ਨੂੰ ਚਲਾਉਣ ਦੇ ਵਿੱਚ ਇੱਕ ਚੰਗੇ ਸਿਪਾਹੀ ਇਹਨਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਸੀਗਾ ਇਸ ਕਰਕੇ ਗੋਰੇ ਜਿਹੜੇ ਸੀਗੇ ਬਾਬਾ ਸਾਧੂ ਸਿੰਘ ਉਹਨਾਂ ਦੇ ਉੱਤੇ ਬੜੇ ਪ੍ਰਸੰਨ ਹੋਏ ਸੀ ਸੋ ਇੱਕ ਵਾਰ ਜਦੋਂ ਬਾਬਾ ਸਾਧੂ ਸਿੰਘ ਛੁੱਟੀ ਆਪਣੇ ਪਿੰਡ ਆਇਆ ਇਸ ਪਿੰਡ ਛੁੱਟੀ ਬੜਿਆਲ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਨਾ ਪਹਿਲੀ ਮਿਲਣੀ ਸੀ ਉੱਥੇ ਬਾਬਾ ਕਾਨ ਸਿੰਘ ਜੀ ਦੇ ਨਾਲ ਹੋਈ ਸੀ ਜਿਹੜੇ ਬਾਬਾ ਕਾਨ ਸਿੰਘ ਸੀਗੇ ਬਹੁਤ ਉੱਚੀ ਅਵਸਥਾ ਦੇ ਮਹਾਂਪੁਰਖ ਹੋਇਆ ਇਸ ਇਲਾਕੇ ਦੇ ਅੰਦਰ। ਔਰ ਬਾਬਾ ਕਾਨ ਸਿੰਘ ਦੀ ਸੰਗਤ ਨੇ ਹੀ ਬਾਬਾ ਸਧੂ ਸਿੰਘ ਜੀ ਦੇ ਜੀਵਨ ਦੇ ਉੱਤੇ ਐਸਾ ਆਤਮਿਕ ਰੰਗ ਝਾੜਿਆ ਸਗਾ ਕਿ ਇਹਨਾਂ ਨੇ ਕੇਵਲ ਤੇ ਕੇਵਲ ਫਿਰ ਰੋਹਾਨੀਅਤ ਦੀ ਜਿਹੜੀ ਆਤਮਿਕ ਤਰੱਕੀ ਸੀ ਉਸ ਨੂੰ ਹਾਸਲ ਕਰਨ ਵਾਸਤੇ ਇਹਨਾਂ ਨੇ ਫਿਰ ਗੋਰੇ ਕਮਾਂਡਰ ਨੂੰ ਇਹ ਕਹਿਤਾ ਸਗਾ ਕਿ ਅੱਜ ਤੋਂ ਬਾਅਦ ਮੈਂ ਫੌਜ ਦੀ ਨੌਕਰੀ ਨਹੀਂ ਕਰਨੀ ਸੋ ਫੌਜ ਦੀ ਨੌਕਰੀ ਛੱਡ ਕੇ ਹਨਾ ਫਿਰ ਆਪਣੇ ਇਹ ਪਿੰਡ ਬੜਿਆਲ ਆ ਗਏ ਸੀਗੇ ਔਰ ਜਿਹੜੀ ਫੌਜ ਦੀ ਨੌਕਰੀ ਤਨਖਾਹ ਮਿਲ ਸੀ ਜੋ ਸਾਹ ਮੜਿਆ ਸੀ ਉਸ ਨੂੰ ਲੈ ਕੇ ਬਾਬਾ ਸਾਧ ਸਿੰਘ ਹੁਣਾਂ ਨੇ ਕੁਝ ਖਚਰਾਂ ਖੇਦੀਆਂ ਉਹਨਾਂ ਟੈਮਾਂ ਦੇ ਵਿੱਚ ਤੇ ਕੁਝ ਊਠ ਖਰੀਦੇ ਤੇ ਇਹਦੇ ਵਿੱਚ ਫਿਰ ਇਹਨਾਂ ਨੇ ਜਿਹੜਾ ਸੀ ਵਪਾਰ ਦਾ ਕਾਰੋਬਾਰ ਧੰਦਾ ਅਪਣਾਇਆ ਸੀ ਤੇ ਬਾਬਾ ਸਾਧ ਸਿੰਘ ਜਿਹੜੇ ਸੀ ਇੱਕ ਪਿੰਡਾਂ ਤੋਂ ਦੂਜੇ ਪਿੰਡ ਜਾਂਦੇ ਹੁੰਦੇ ਸੀ ਤੇ ਜਿੱਥੇ ਚੰਗੀ ਕਣਕ, ਗਹਿੂ ਮਿਲਦਾ ਹੁੰਦਾ ਸੀ ਤੇ ਉਸ ਨੂੰ ਮੰਡੀ ਦੇ ਵਿੱਚ ਵੇਚ ਕੇ ਆਪਣਾ ਚੰਗਾ ਨਰਵਾ ਤੇ ਵਧੀਆ ਕਾਰੋਬਾਰ ਚਲਾ ਰਹੇ ਸੀ। ਔਰ ਖਾਸ ਕਰਕੇ ਬਾਬਾ ਸਾਧੂ ਸਿੰਘ, ਬਾਬਾ ਕਾਨ ਸਿੰਘ ਹੁਣਾਂ ਦੀ ਸੰਗਤ ਇੰਨੇ ਪ੍ਰਭਾਵਿਤ ਹੋਏ ਸੀ। ਇਹਨਾਂ ਦੇ ਮਨ ਦਾ ਸੰਕਲਪ ਸੀਗਾ ਕਿ ਮੈਂ ਆਪਣਾ ਜੀਵਨ ਬਿਲਕੁਲ ਬਾਬਾ ਕਾਨ ਸਿੰਘ ਹੁਣਾਂ ਦੇ ਵਰਗਾ ਹੀ ਕਰਨਾ ਹੈ। ਇਸ ਕਰਕੇ ਇਹ ਜਤੋਂ ਮੇ ਕਿਤੇ ਜਾਂਦੇ ਹੁੰਦੇ ਸੀ ਹਮੇਸ਼ਾ ਰਸਨਾ ਦੇ ਉੱਤੇ ਵਾਹਿਗੁਰੂ ਸਿਮਰਨ ਦਾ ਜਾਪ ਕਰਦੇ ਰਹਿੰਦੇ ਸੀਗੇ ਤੇ ਹਮੇਸ਼ਾ ਬਾਣੀ ਪੜ੍ਹਨੀ ਇਹਨਾਂ ਨੇ ਤੇ ਇਸ ਤਰ੍ਹਾਂ ਇਹ ਤੁਰਦੇ ਫਿਰਦੇ ਬਾਣੀ ਪੜ੍ਹਦੇ ਰਹਿੰਦੇ ਸੀ ਤਾਂ ਆਪਣਾ ਕਾਰੋਬਾਰੀ ਵੀ ਚਲਾਉਂਦੇ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਪੁੱਠੋਹਾਰ ਦੇ ਇਲਾਕੇ ਦੇ ਵਿੱਚ ਜਦੋਂ ਬਾਬਾ ਸਾਧੂ ਸਿੰਘ ਹੁਣੀ ਇੱਕ ਵਾਰ ਆਪਣੇ ਊਠ ਤੇ ਖਚਰਾ ਲੈ ਕੇ ਮੰਡੀ ਵੱਲ ਜਾ ਰਹੇ ਸੀ ਉਸ ਟੈਂਪ ਇਹ ਜਿਹੜਾ ਰਸਤਾ ਸੀਗਾ ਬੜਾ ਵਿਖੜਾ ਸੀਗਾ ਤੇ ਖਾਸ ਕਰਕੇ ਉੱਚਾ ਨੀਮਾ ਰਸਤਾ ਹੋਣ ਕਰਕੇ ਬਾਬਾ ਸਾਧੂ ਸਿੰਘ ਜਿਹੜੇ ਸੀ ਇਕੱਲੇ ਹੀ ਆਪਣੇ ਰਸਤੇ ਦੇ ਉੱਤੇ ਆਪਣੀਆਂ ਖਚਰਾਂ ਤੇ ਊਠ ਲੈ ਕੇ ਜਾ ਰਹੇ ਸੀ ਤੇ ਆਪ ਨਾਮ ਦੇ ਰੰਗਣ ਦੇ ਵਿੱਚ ਬਾਣੀ ਉੱਚੀ ਉੱਚੀ ਸੁਰਨਾ ਪੜ੍ਹਦੇ ਹੋਏ ਕਿਸੇ ਆਤਮਕ ਮੰਡਲ ਦੇ ਹਲਾਰੇ ਦੇ ਵਿੱਚ ਤੁਰ ਰਹੇ ਸੀ ਕਿ ਅਚਨਚੇਤ ਇਸ ਸੋਨਾ ਇਲਾਕੇ ਦੇ ਅੰਦਰ ਇੱਕ ਲੜਕੀ ਦੀਆਂ ਜਿਹੜੀਆਂ ਉਹ ਸਹਾਇਤਾ ਦੀ ਆਵਾਜ਼ ਬਾਬਾ ਸਾਧੂ ਸਿੰਘ ਦੇ ਕੰਨਾਂ ਦੇ ਵਿੱਚ ਪਈ ਜਦ ਪਈ ਤੇ ਬਾਬਾ ਸਾਧੂ ਸਿੰਘ ਨੇ ਕੀ ਦੇਖਿਆ ਕਿ ਇੱਕ ਟਿੱਬੇ ਦੇ ਪਿੱਛੋਂ ਇੱਕ ਲੜਕੀ ਦੌੜ ਕੇ ਜਿਹੜੀ ਸੀ ਉਹ ਬਾਬਾ ਸਾਧੂ ਸਿੰਘ ਕੋਲ ਆ ਨਿਕਲੀ ਤੇ ਬਾਬਾ ਸਾਧੂ ਸਿੰਘ ਦੇਖਦੇ ਸਾਰੀ ਉਹ ਲੜਕੀ ਨੇ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਹੇ ਲਾਲਾ ਮੈਨੂੰ ਇਹਨਾਂ ਬਦਮਾਸ਼ਾਂ ਤੋਂ ਬਚਾ ਲਾ ਲਾਲਾ ਮੈਨੂੰ ਇਹਨਾਂ ਬਦਮਾਸ਼ਾਂ ਤੋਂ ਬਚਾ ਲਾ ਜਦ ਇਹ ਬੀਲ ਬਾਬਾ ਸਾਧੂ ਸਿੰਘ ਹੁਣਾਂ ਨੇ ਸੁਣਿਆ ਸੀ ਬਾਬਾ ਸਾਧੂ ਸਿੰਘ ਜਿਹੜੇ ਸੀ ਉਸੇ ਟਾਈਮ ਰੁੱਕ ਕੇ ਉਸ ਲੜਕੀ ਵੱਲ ਬੜੀ ਹੈਰਾਨੀ ਨਾਲ ਦੇਖਣ ਲੱਪੇ ਕਿਉਂਕਿ ਪੋਠੋਹਾਰੀ ਦੀ ਬੋਲੀ ਦੇ ਵਿੱਚ ਉਹ ਜਿਹੜੀ ਲੜਕੀ ਲਾਲਾ ਲਾਲਾ ਬੋਲਦੀ ਸੀ ਇਹਦਾ ਭਾਵ ਲਾਲਾ ਜਿਹੜਾ ਹੈਗਾ ਉਹ ਵੀਰੇ ਨੂੰ ਆਖਦੇ ਆ ਭਰਾ ਨੂੰ ਆਖਦੇ ਬਰਦਰ ਨੂੰ ਆਖਦੇ ਜਦੋਂ ਲੜਕੀ ਨੇ ਆਪਣੀ ਮੱਦ ਦੇ ਵਿੱਚ ਇਹ ਪੁਕਾਰ ਕੀਤੀ ਸੀ ਤੇ ਬੱਬਾ ਸਾਧੂ ਸੁਣਨ ਕੀ ਦੇਖਿਆ ਕਿ ਦੋ ਪਿੱਛੋਂ ਜਿਹੜੇ ਹੱਟੇ-ਕੱਟੇ ਪਠਾਣ ਸੀਗੇ ਉਸ ਲੜਕੀ ਦੇ ਪਿੱਛੇ ਦੌੜੇ ਆ ਰਹੇ ਸੀ ਤੇ ਉਹਨਾਂ ਨੇ ਉਸੇ ਟਾਈਮ ਉਹ ਜਿਹੜੀ ਲੜਕੀ ਸੀ ਉਹ ਫੜ ਲਈ ਤੇ ਇੱਕ ਨੇ ਪਠਾਣ ਨੇ ਕਿ ਕੀਤਾ ਉਸ ਲੜਕੀ ਦੀਆਂ ਜਿਹੜੀਆਂ ਉਹ ਲੱਤਾਂ ਫੜ ਲਈਆਂ ਤੇ ਦੂਸਰੇ ਨੇ ਉਹਦੇ ਕੇਸ ਫੜ ਲਏ ਤੇ ਉਸ ਨੂੰ ਜ਼ਬਰਦਸਤ ਚੁੱਕ ਕੇ ਜਦ ਲਿਜਾਣ ਦੀ ਕੋਸ਼ਿਸ਼ ਕੀਤੀ ਤੇ ਬਾਬਾ ਸਾਧੂ ਸਿੰਘ ਹੁਣਾਂ ਨੇ ਉਹਨਾਂ ਪਠਾਣਾਂ ਤੋਂ ਇਸ ਲੜਕੀ ਨੂੰ ਛਡਾਉਣ ਦੀ ਥੋੜੀ ਕੋਸ਼ਿਸ਼ ਕੀਤੀ ਪਰ ਕਿਉਂਕਿ ਪਠਾਣ ਜਿਹੜੇ ਸੀ ਬੜੇ ਤਕੜੇ ਸੀਗੇ ਤੇ ਉਹਨਾਂ ਨੇ ਬਾਬਾ ਸਾਧੂ ਸਿੰਘ ਨੂੰ ਧੱਕਾ ਦੇ ਕੇ ਇੱਕ ਪਾਸੇ ਕਰ ਦਿੱਤਾ ਤਾਂ ਆਪ ਉਸ ਲੜਕੀ ਨੂੰ ਚੱਕ ਕੇ ਜਦ ਦੁਰਨ ਲੱਗੇ ਤੇ ਬਾਬਾ ਸਾਧੂ ਸਿੰਘ ਜੀ ਨੇ ਇਹ ਸੋਚਿਆ ਕਿ ਇਹ ਤਾਂ ਪਠਾਣਾ ਦੇ ਨਾਲ ਇਸ ਤਰ੍ਹਾਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਕਿਸੇ ਹਥਿਆਰ ਦੀ ਲੋੜ ਆ ਕਿਉਂਕਿ ਬਾਬਾ ਸਾਧੂ ਸਿੰਘ ਜਿੱਥੇ ਖੱਜਰਾ ਤੇ ਊਠ ਆਪਣੇ ਨਾਲ ਰੱਖਦੇ ਹੁੰਦੇ ਸੀ ਤਾਂ ਇੱਕ ਖੱਜਰ ਦੇ ਨਾਲ ਇੱਕ ਵੱਡੇ ਸਾਰੀ ਸੰਭਾ ਦੀ ਡਾਂਗ ਵੀ ਜਿਹੜੀ ਉਹ ਬੰਨ ਕੇ ਰੱਖਦੇ ਹੁੰਦੇ ਸੀ ਤਾਂ ਜੋ ਲੋੜ ਪੈਣ ਦੇ ਉੱਤੇ ਕੰਮ ਆ ਸਕੇ ਜਦੋਂ ਬਾਬਾ ਸਾਧੂ ਸਿੰਘ ਨੇ ਸੋਚਿਆ ਕਿ ਲਾਤੋਂ ਦੇ ਭੂਤ ਬਾਤਾਂ ਨਾਲ ਨਹੀਂ ਮੰਨਦੇ ਇਸ ਕਰਕੇ ਡਾਂਗ ਨੂੰ ਲੈਣ ਵਾਸਤੇ ਜੋ ਅਸੀਂ ਬਾਬਾ ਸਾਧੂ ਸਿੰਘ ਆਪਣੀ ਖੱਜਰ ਵੱਲ ਵਧੇ ਪਰ ਉਹ ਜਿਹੜੀ ਮੁਸਲਮਾਨ ਲੜਕੀ ਇਹਨਾਂ ਪਠਾਣਾ ਦੇ ਚੁੰਗਲ ਦੇ ਵਿੱਚ ਪੂਰੀ ਤਰ੍ਹਾਂ ਫਸੀ ਹੋਈ ਸੀ ਉਹਦੇ ਮਨ ਦੇ ਵਿੱਚ ਆ ਗਿਆ ਕਿ ਇਹ ਜਿਹੜੇ ਸਿੱਖ ਸਰਦਾਰ ਹੈਗੇ ਆ ਇਹ ਹੋ ਸਕਦਾ ਕਿ ਮੈਨੂੰ ਛੱਡ ਕੇ ਜਾ ਰਹੇ ਆ ਇਸ ਕਰਕੇ ਉਹ ਲੜਕੀ ਨੇ ਦੁਬਾਰਾ ਫਿਰ ਬਾਬਾ ਸਾਧੂ ਸਿੰਘ ਨੂੰ ਦੁਹਾਈ ਦਿੱਤੀ ਔਰ ਬਾਬਾ ਸਾਧੂ ਸਿੰਘ ਦਾ ਨੰਹੰਗ ਸਿੰਘਾ ਵਾਲਾ ਬਾਣਾ ਦੇਖ ਕੇ ਉਸ ਲੜਕੀ ਨੇ ਜਿਹੜਾ ਸੀਗਾ ਇਹ ਵਾਸਤਾ ਪਾਇਆ ਤੇ ਬਾਬਾ ਸਾਧੂ ਸਿੰਘ ਨੂੰ ਆਖਿਆ ਕਿ ਤੈਨੂੰ ਬਾਬੇ ਨਾਨਕ ਦਾ ਵਾਸਤਾ ਹੈਗਾ ਕਿ ਤੂੰ ਮੈਨੂੰ ਇਹਨਾਂ ਬਦਮਾਸ਼ਾਂ ਤੋਂ ਬਚਾਲਾ ਜੋ ਹੀ ਉਸ ਲੜਕੀ ਨੇ ਬਾਬਾ ਸਾਧੂ ਸਿੰਘ ਹੁਣਾਂ ਨੂੰ ਇਹ ਵਾਸਤਾ ਪਾਇਆ ਤੇ ਬਾਬਾ ਸਾਧੂ ਸਿੰਘ ਹੁਣਾਂ ਨੇ ਕੰਨਾਂ ਦੇ ਵਿੱਚ ਜੋ ਹੀ ਬਾਬੇ ਨਾਨਕ ਦੀ ਆਵਾਜ਼ ਸੁਣੀ ਤੇ ਉਸੇ ਟਾਈਮ ਬਾਬਾ ਸਾਧੂ ਸਿੰਘ ਹੁਣਾਂ ਦੇ ਪੈਰ ਰੁਕ ਗਏ ਜਦ ਪੈਰ ਰੁਕੇ ਤਾਂ ਲੜਕੀ बार-बार ਬਾਬਾ ਸਾਧੂ ਸਿੰਘ ਨੂੰ ਰੁਕਿਆ ਦੇਖ ਕੇ बार-बार ਇਹੋ ਹੀ ਜਿਹੜੀ ਅਵਸਥਾ ਪਾਈ ਜਾਵੇ ਕਿ ਤੈਨੂੰ ਬਾਬੇ ਨਾਨਕ ਦਾ ਵਾਸਤਾ ਹੈਗਾ ਕਿ ਮੈਨੂੰ ਇਹਨਾਂ ਬਦਮਾਸ਼ਾਂ ਤੋਂ ਬਚਾ ਲੈ ਜਦੋਂ ਲੜਕੀ ਨੇ ਦੋ ਤਿੰਨ ਵਾਰੀ ਬਾਬੇ ਨਾਨਕ ਦੀ ਪੁਕਾਰ ਕੀਤੀ ਤਬਾ ਬਾਬਾ ਸਾਧੂ ਸਿੰਘ ਹੁਣਾ ਦੇ ਨਾਲ ਅਚਨਚੇ ਤੇ ਇੱਕ ਐਸਾ ਕੋਟਕ ਹੋਇਆ ਕਿ ਜਿਸ ਦੇ ਨਾਲ ਬਾਬਾ ਸਾਧੂ ਸਿੰਘ ਹੁਣਾ ਦੇ ਅੰਦਰ ਜੋਸ਼ ਦਾ ਐਸਾ ਤੂਫਾਨ ਪੈਦਾ ਹੋ ਗਿਆ ਕਿ ਇਸ ਕੋਟਕ ਤੋਂ ਬਾਅਦ ਫਿਰ ਬਾਬਾ ਸਾਧੂ ਸਿੰਘ ਹੁਣਾ ਨੇ ਜਿਹੜੀ ਖੱਚਰ ਦੇ ਵਿੱਚ ਰੱਖੀ ਡਾਂਗ ਸੀ ਉਸ ਨੂੰ ਹੱਥ ਪਾ ਲਿਆ ਤੇ ਹੱਥ ਪਾ ਕੇ ਉਹਨਾਂ ਪਠਾਣਾ ਦੇ ਉੱਤੇ ਸ਼ੇਰ ਵਾਂਗੂ ਟੁੱਟ ਪਏ ਜੋ ਹੀ ਸ਼ੇਰ ਵਾਂਗੂ ਟੁੱਟੇ ਸਕੇ ਤੋ ਉਸ ਟਾਈਮ ਇੱਕ ਪਠਾਨ ਦੇ ਜਦ ਬਾਬਾ ਸਾਧੂ ਸਿੰਘ ਹੁਣਾਂ ਨੇ ਬੜੇ ਜ਼ੋਰ ਨਾਲ ਡਾਂਗ ਮਾਰੀ ਤਾਂ ਉਸ ਪਠਾਨ ਦੀ ਜਿਹੜੀ ਵਾਂ ਸੀਗੀ ਉਸੇ ਟਾਈਮ ਉਹਦੀ ਹੱਡੀ ਕ੍ਰੈਕ ਹੋ ਗਈ ਟੁੱਟ ਗਈ ਜਦ ਹੱਡੀ ਟੁੱਟੀ ਤਾਂ ਉਹ ਪਠਾਨ ਜਿਹਨੇ ਕੇਸ ਫੜੇ ਹੋਏ ਸੀ ਉਹਨੇ ਜ਼ੋਰ-ਜ਼ੋਰ ਨਾਲ ਚੀਕਾ ਮਾਰਨੀ ਸ਼ੁਰੂ ਕਰ ਦਿੱਤੀਆਂ ਜਦ ਚੀਕਾ ਮਾਰਨੀ ਸ਼ੁਰੂ ਕੀਤੀਆਂ ਤੇ ਦੂਸਰੇ ਪਠਾਨ ਨੇ ਜਿਹਨੇ ਉਸ ਲੜਕੀ ਦੀਆਂ ਲੱਤਾਂ ਫੜੀਆਂ ਹੋਈਆਂ ਸੀਗੇ ਇਹ ਦ੍ਰਿਸ਼ ਦੇਖ ਕੇ ਨਾ ਪਹਿਪੀਤ ਹੋ ਗਿਆ ਕਿ ਉਹ ਲੜਕੀ ਨੂੰ ਉੱਥੇ ਛੱਡ ਕੇ ਜਿਹੜਾ ਸੀ ਉਹ ਭੱਜ ਗਿਆ ਯਾਦ ਉਹ ਭੱਜਾ ਹੈ ਤਾਂ ਇਸ ਤਰ੍ਹਾਂ ਬਾਬਾ ਸਾਧੂ ਸਿੰਘ ਨੇ ਇਹਨਾਂ ਪਠਾਣਾ ਦੇ ਚੁੰਗਲ ਦੇ ਵਿੱਚੋਂ ਉਸ ਮੁਸਲਮਾਨ ਲੜਕੀ ਨੂੰ ਜਦ ਪਹਚਾਇਆ ਸੀ ਬਚਾਉਣ ਤੋਂ ਬਾਅਦ ਫਿਰ ਬਾਬਾ ਸਾਧੂ ਸਿੰਘ ਨੇ ਉਸ ਮੁਸਲਮਾਨ ਲੜਕੀ ਨੂੰ ਆਪਣੀ ਖੱਦਰ ਦੇ ਉੱਤੇ ਬਿਠਾ ਲਿਆ ਤੇ ਬਿਠਾ ਲਿਆ ਤੇ ਬਿਠਾ ਕੇ ਜਦੋਂ ਤੁਰਨ ਲੱਗੇ ਉਹ ਲੜਕੀ बार-बार ਪਿੱਛੇ ਦੇਖੇ ਜਦ ਬਾਰ-ਬਾਰ ਪਿੱਛੇ ਦੇਖੇ ਤਾਂ ਬਾਬਾ ਸਾਧੂ ਸਿੰਘ ਨੇ ਪੁੱਛਿਆ ਕਹਿੰਦੇ ਵੀ ਤੂੰ ਪੈਣੇ ਇਹ ਦੱਸ ਕਿ ਤੂੰ ਪਿੱਛੇ ਵਾਰ-ਵਾਰ ਕਿਉਂ ਦੇਖਦੀ ਉਹ ਲੜਕੀ ਕਹਿਣ ਲੱਗੀ ਕਿ ਮੈਨੂੰ ਖੌਪਾ ਕੇ ਪਿੱਛੋਂ ਕਿਤੇ ਬਠਾਣ ਫੇਰ ਆ ਕੇ ਮੇਰੇ ਉੱਤੇ ਹਮਲਾ ਨਾ ਕਰ ਦੇ ਮੈਨੂੰ ਫੇਰ ਨਾ ਫੜ ਲੈਣ ਜਦ ਇਹ ਨਹੀਂ ਗੱਲ ਹੋਈ ਤਾਂ ਬਾਬਾ ਸਾਧੂ ਸਿੰਘ ਹੁਣਾਂ ਉਸ ਲੜਕੀ ਨੂੰ ਦਲਾਸਾ ਦੇਂਦੇ ਆਖਿਆ ਕਿ ਅਗਰ ਪਹਿਲੀ ਗੱਲ ਤੇ ਪਠਾਨ ਜਿਹੜੇ ਤੇਰੇ ਲਾਗੇ ਨਹੀਂ ਆ ਸਕਦੇ ਅਗਰ ਆਉਣਗੇ ਤਾਂ ਫਿਰ ਜਿਹੜਾ ਮੇਰਾ ਸੀਸ ਸਭ ਤੋਂ ਪਹਿਨਾ ਤੁਹਾਡੇ ਤੋਂ ਜੁਦਾ ਹੋਊਗਾ ਫਿਰ ਉਹ ਤੇਰੇ ਤੱਕ ਪਹੁੰਚ ਕਰਨਗੇ ਜਦੋਂ ਬਾਬਾ ਸਾਧੂ ਸਿੰਘ ਨੇ ਇਸ ਤਰ੍ਹਾਂ ਦਰਸਾ ਦਿੱਤਾ ਸੀ ਫਿਰ ਉਹ ਲੜਕੀ ਬੱਚੀ ਖੁਸ਼ ਹੋ ਗਈ ਸੀ ਫਿਰ ਬਾਬਾ ਸਾਧੂ ਸਿੰਘ ਨੇ ਉਸ ਬੱਚੀ ਨੂੰ ਪੁੱਛਿਆ ਸੀਗਾ ਕਿ ਤੂੰ ਇਹ ਦੱਸ ਤੂੰ ਇਹਨਾਂ ਪਠਾਨਾਂ ਦੇ ਚੁੰਗਲ ਦੇ ਵਿੱਚ ਕਿਵੇਂ ਫਸੀ ਫਿਰ ਉਸ ਲੜਕੀ ਨੇ ਆਪਣੀ ਜਿਹੜੀ ਸੀ ਕਹਾਣੀ ਸਾਰੀ ਦੱਸੀ ਕਿ ਮੈਂ ਰਾਤ ਨੂੰ ਸੁੱਤੀ ਪਈ ਸੀ ਇਹ ਦੋਨੇ ਪਠਾਣ ਮੈਨੂੰ ਪਤਾ ਨਹੀਂ ਲੱਗਾ ਕਿ ਕਦ ਜਿਹੜੇ ਸਾਡੇ ਘਰ ਦੇ ਵਿੱਚ ਆਏ ਤੇ ਮੇਰੀ ਸੁੱਤੀ ਪਈ ਦਾ ਮੰਜਾ ਚੱਕ ਕੇ ਇਹ ਜਿਹੜੇ ਸੀਗੇ ਇੱਥੋਂ ਭੱਜ ਗਏ ਤੇ ਉਹ ਲੜਕੀ ਦੱਸਦੀ ਸੀ ਬੱਚੀ ਕਿ ਜਦ ਮੈਨੂੰ ਜਾਗ ਆਈ ਤੇ ਜਦ ਮੈਂ ਰੋੜਾ ਪੋਣਾ ਸ਼ੁਰੂ ਕੀਤਾ ਤਾਂ ਇਹਨਾਂ ਦੋਨਾਂ ਪਠਾਣਾਂ ਨੇ ਮੇਰੇ ਮੂੰਹ ਦੇ ਵਿੱਚ ਕਪੜਾ ਧੰਦ ਦਿੱਤਾ ਤੇ ਮੈਨੂੰ ਜ਼ਬਰਦਸਤੀ ਇਸ ਇਲਾਕੇ ਦੇ ਵਿੱਚੋਂ ਕੱਢ ਕੇ ਪਤਾ ਨਹੀਂ ਕਿੱਥੇ ਲਿਜਾ ਰਹੇ ਸੀ ਜਦ ਇਸ ਤਰ੍ਹਾਂ ਉਸ ਲੜਕੀ ਨੇ ਦੱਸਿਆ ਸੀ ਫੇਰ ਬਾਬਾ ਸਾਧੂ ਸਿੰਘ ਨੇ ਪੁੱਛਿਆ ਸੀਗਾ ਕਿ ਹੁਣ ਤੈਨੂੰ ਘਰ ਆਉਣ ਦੀ ਲੋੜ ਨਹੀਂ ਹੁਣ ਤੂੰ ਮੈਨੂੰ ਇਹ ਦੱਸ ਬਾਬਾ ਸਾਧੂ ਸਿੰਘ ਨੇ ਕਿਹਾ ਸੀਗਾ ਕਿ ਤੇਰਾ ਪਿੰਡ ਕਿਹੜਾ ਹੈਗਾ ਫੇਰ ਉਸ ਲੜਕੀ ਨੇ ਆਪਣਾ ਪਿੰਡ ਰੜਿਆਲ ਦੱਸਿਆ ਸੀਗਾ ਕਿ ਮੇਰਾ ਪਿੰਡ ਰੜਿਆਲ ਹੈਗਾ ਤੇ ਫੇਰ ਬਾਬਾ ਸਾਧੂ ਸਿੰਘ ਨੇ ਪੁੱਛਿਆ ਕਿ ਕਿੰਨੀ ਦੂਰ ਹੈ ਉਹਨੇ ਕਿਹਾ ਕਿ ਤਕਰੀਬਨ 2-3 ਕਿਲੋਮੀਟਰ ਦੂਰ ਹੈ ਤੇ ਫੇਰ ਬਾਬਾ ਸਾਧੂ ਸਿੰਘ ਨੇ ਆਪਣਾ ਰੁੱਖਾ ਰੜਿਆਲ ਪਿੰਡ ਵੱਲ ਕੀਤਾ ਪਿੰਡ ਦੇ ਕੋਲ ਆ ਕੇ ਫਿਰ ਬਾਬਾ ਸਾਧੂ ਸਿੰਘ ਨੇ ਆਖਿਆ ਕਿ ਆ ਦੇਖ ਬੇਟਾ ਤੇਰਾ ਪਿੰਡ ਆ ਗਿਆ ਤੂੰ ਹੁਣ ਆਪਣੇ ਘਰ ਚਲੀ ਜਾ ਪਰ ਉਸ ਲੜਕੀ ਨੇ ਬਾਬਾ ਸਾਧੂ ਸਿੰਘ ਦੇ ਅੱਗੇ ਵਾਸਤਾ ਪਾਇਆ ਕਿ ਮੈਂ ਕੱਲੀ ਨੇ ਪਿੰਡ ਨਹੀਂ ਜਾਣਾ ਤਸੀਂ ਮੈਨੂੰ ਘਰ ਛੱਡ ਕੇ ਆਓ ਪਰ ਫਿਰ ਬਾਬਾ ਸਾਧੂ ਸਿੰਘ ਹੁਣਾਂ ਨੇ ਉਸ ਮੁਸਲਮਾਨ ਲੜਕੀ ਨੂੰ ਇਹ ਆਖਿਆ ਸੀਗਾ ਕਹਿਣ ਲੱਗੇ ਦੇਖ ਮੇਰਾ ਵਪਾਰ ਦਾ ਕੰਮ ਥੰਦਾ ਹੈਗਾ ਮੈਂ ਮੰਡੀ ਬੜੇ ਟਾਈਮ ਦੇ ਨਾਲ ਪਹੁੰਚਣਾ ਹੈਗਾ ਤੇ ਮੈਂ ਉਹਨਾਂ ਦੇ ਨਾਲ اقਰਾਰ ਵਾਅਦਾ ਕੀਤਾ ਹੋਇਆ ਹੈਗਾ ਇਸ ਕਰਕੇ ਮੇਰਾ ਬਚਨ ਨਿਭਾਉਣਾ ਬੜਾ ਜ਼ਰੂਰੀ ਹੈਗਾ ਹੁਣ ਤੈਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਤੂੰ ਆਪਣੇ ਘਰ ਚਲੇ ਜਾ ਤੇ ਤੇ ਉਹ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਬਸਰ ਕਰ ਜੋ ਹੋਇਆ ਉਸ ਨੂੰ ਪੂਰੀ ਤਰ੍ਹਾਂ ਭੁੱਲ ਜਾ। ਉਹ ਲੜਕੀ ਜਿਹੜੀ ਸੀ ਜਦ ਆਪਣੇ ਘਰ ਗਈ ਤਾਂ ਉਹਨੇ ਕੀ ਦੇਖਿਆ ਕਿ ਸਾਰਾ ਪਿੰਡ ਉਹਨਾਂ ਦੇ ਘਰ ਦੇ ਵਿੱਚ ਇਕੱਠਾ ਹੋਇਆ ਹੈਗਾ ਤੇ ਉਸ ਲੜਕੀ ਦੇ ਕੁਛ ਜਿਹੜੇ ਆ ਉਹਦੇ ਭਰਾ ਮੁਸਲਮਾਨ ਉਸ ਲੜਕੀ ਦੀ ਟੋਲ ਕਰ ਰਹੇ ਆ ਉਹਦੀ ਭਾਲ ਕਰ ਰਹੇ ਆ। ਜਦੋਂ ਭਾਲ ਕਰ ਰਹੇ ਪਰ ਉਹ ਲੜਕੀ ਨੂੰ ਸਹੀ ਸਲਾਮਤ ਦੇਖ ਕੇ ਸਾਰੇ ਜਿਹੜੇ ਮੁਸਲਮਾਨ ਸੀਗੇ ਉਹਨਾਂ ਨੇ ਦੇਖਿਆ ਕਿ ਸੰਕਟ ਦੀ ਘੜੀ ਟਲ ਗਈ ਆ। ਉਹਨਾਂ ਨੇ ਫਿਰ ਲੜਕੀ ਨੂੰ ਸਾਰੀ ਗੱਲਬਾਤ ਪੁੱਛੀ ਵੀ ਕੀ ਹੋਇਆ ਸੀਗਾ। ਫੇ ਉਸ ਮੁਸਲਮਾਨ ਲੜਕੀ ਨੇ ਸਾਰੀ ਘਟਨਾ ਜਿਹੜੀ ਸੀ ਆਪਣੇ ਪਰਿਵਾਰ ਦੇ ਤੇ ਪਿੰਡ ਦੇ ਨਾਲ ਸਾਂਝੀ ਕੀਤੀ ਇਸ ਤੇ ਉਹਨੇ ਇਹ ਵੀ ਦੱਸਿਆ ਸੀਗਾ ਕਿ ਇੱਕ ਸੇਖ ਸਰਦਾਰ ਜਿਹਨੇ ਸਿੱਖੀ ਦਾ ਬਣਾ ਪਾਇਆ ਹੋਇਆ ਹੈ ਸੀਗਾ ਤੇ ਉਹਦੇ ਕੋਲ ਊਠ ਵੀ ਆ ਤੇ ਕੋਲ ਖਚਰਾ ਵੀ ਆ ਉਸਨੇ ਮੇਰੀ ਇਹਨਾਂ ਬਦਮਾਸ਼ਾਂ ਦੇ ਚੁੰਗਲਾਂ ਤੋਂ ਕਿਵੇਂ ਜਾਨ ਬਚਾਈਏ ਸਾਰੀ ਘਟਨਾ ਦਾ ਜੇਕਰ ਉਸ ਮੁਸਲਮਾਨ ਲੜਕੀ ਨੇ ਆਪਣੇ ਪਰਿਵਾਰ ਨਾਲ ਸਾਂਝਾ ਕੀਤਾ ਸੀਗਾ ਜਦੋਂ ਪਰਵਾਨਾ ਸਾਂਝਾ ਕੀਤਾ ਫੇਸ ਪਰ ਵਾਰ-ਵਾਰ ਇਹਨੇ ਕਿਹਾ ਕਿ ਉਹ ਜਿਹੜਾ ਸਿੱਖ ਸਰਦਾਰ ਹੈ ਜਿੰਨੇ ਸਾਡੀ ਬੱਚੀ ਦੀ ਪੱਤ ਬਚਾਈ ਹੈਗੀ ਆ ਉਸ ਦਾ ਪਿੰਡ ਦੇ ਵਿੱਚ ਸਨਮਾਨ ਕਰਨਾ ਚਾਹੀਦਾ ਹੈਗਾ ਇਸ ਕਰਕੇ ਉਹ ਲੜਕੀ ਦੇ ਕੋਸ਼ ਪਰ ਆ ਘੋੜਿਆਂ 'ਤੇ ਬੈਠ ਕੇ ਜਦ ਬਾਬਾ ਸਾਧੂ ਸਿੰਘ ਦੀ ਪਾਲ ਦੇ ਵਿੱਚ ਨਿਕਲੇ ਸੀਗੇ ਤੇ ਉਹਨਾਂ ਨੂੰ ਫਿਰ ਬਾਬਾ ਸਾਧੂ ਸਿੰਘ ਜਿਹੜੇ ਸੀ ਉਹ ਰਸਤੇ ਦੇ ਵਿੱਚ ਟੱਕਰ ਗਏ ਸੀ ਜਦ ਟੱਕਰ ਗਏ ਸੀ ਤਾਂ ਉਹਨਾਂ ਮੁਸਲਮਾਨ ਵੀਰਾਂ ਨੇ ਬਾਬਾ ਸਾਧੂ ਸਿੰਘ ਜੀ ਨੂੰ ਇਹ ਆਖਿਆ ਗਿਆ ਸੀ ਕਿ ਤੁਸੀਂ ਸਾਡੇ ਪਿੰਡ ਰੜਿਆਲ ਚਲੋ ਅਸੀਂ ਸਾਰੇ ਪਿੰਡ ਦੇ ਆਪ ਜੀ ਦਾ ਸਨਮਾਨ ਕਰਨਾ ਚਾਹੁੰਦਾ ਕਿ ਤੁਸੀਂ ਸਾਡੇ ਪਿੰਡ ਦੇ ਵਿੱਚ ਆ ਕੇ ਸਾਡੀ ਜਿਹੜੀ ਲੜਕੀ ਹੈਗੀ ਆ ਉਸ ਦੀ ਪਤ ਦੀ ਰੱਖਿਆ ਕੀਤੀ ਬਾਅਦ ਫਿਰ ਬਾਬਾ ਸਾਧੂ ਸਿੰਘ ਹੋਣਾ ਨੇ ਉਹਨਾਂ ਨੂੰ ਇਹ ਆਖਿਆ ਸੀਗਾ ਕਿ ਮੇਰੀ ਮਜਬੂਰੀ ਹੈਗੀ ਆ ਮੈਂ ਮੰਡੀ ਜ਼ਰੂਰ ਪਹੁੰਚਣਾ ਹੈਗਾ ਇਸ ਕਰਕੇ ਜੋ ਵੀ ਹੋਇਆ ਹੈਗਾ ਇਹ ਤਾਂ ਇੱਕ ਸਿੱਖ ਦਾ ਧਰਮ ਦਾ ਫਰਜ਼ ਹੈਗਾ ਕਿ ਉਹ ਜਦ ਵੀ ਮੌਕਾ ਬਣੇ ਅਗਲੇ ਕਿਸੇ ਅਬਲਾ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਭੀੜ ਬਣੇ ਉਹਦਾ ਸਿਰ ਤਾਂ ਭਾਵਾਂ ਚਲਿਆ ਜਾਵੇ ਪਰ ਉਹ ਅਬਲਾ ਦੀ ਰਾਖੀ ਜਿਹੜੀ ਉਹ ਪੂਰੀ ਤਰ੍ਹਾਂ ਕਰੇਗਾ ਇਹ ਕਹਿ ਕੇ ਬਾਬਾ ਸਾਧੂ ਸਿੰਘ ਜਿਹੜੇ ਸੀ ਉਹ ਆਪਣੇ ਊਠ ਲੈ ਕੇ ਅੱਗੇ ਚਲੇ ਗਏ ਉਹ ਲੜਕੀ ਜਿਹੜੇ ਭੜਾ ਘੋੜਿਆਂ ਦੇ ਲੈਣ ਗਏ ਸੀ ਫਿਰ ਉਹ ਵਾਪਸ ਆਪਣੇ ਪਿੰਡ ਆ ਗਏ ਜਦ ਪਿੰਡ ਆ ਗਏ ਤੇ ਇਸ ਤੋਂ ਬਾਅਦ ਫਿਰ ਲੜਕੀ ਦੇ ਦੱਸੇ ਅਨੁਸਾਰ ਪਿੰਡ ਵਾਲਿਆਂ ਨੇ ਇਹ ਜਿਹੜੀ ਰਿਪੋਰਟ ਸੀਗੀ ਜਦ ਉਸ ਟਾਈਮ ਪੁਲਿਸ ਦੇ ਵਿੱਚ ਦਰਜ ਕਰਾਈ ਸੀ ਤਾਂ ਫਿਰ ਪੁਲਿਸ ਨੇ ਲੜਕੀ ਦੇ ਦੱਸੇ ਹੋਏ ਤੇ ਉਹ ਜਿਹੜਾ ਪਠਾਨ ਜਿਹਦੀ ਬੰਬ ਬਾਬਾ ਸਾਧੂ ਸਿੰਘ ਹੋਣਾਂ ਨੇ ਜਿਹੜੀ ਉਹ ਤੋੜ ਛੱਡੀ ਸੀ ਉਹ ਫੜ ਲਿਆ ਜਦ ਉਹ ਜਿਹੜਾ ਪਠਾਨ ਫੜਿਆ ਗਿਆ ਤੇ ਉਸ ਦੇ ਨਾਲ ਫਿਰ ਦੂਸਰੇ ਪਠਾਨ ਦੀ ਵੀ ਸਨਾਖ ਹੋ ਗਈ ਤੇ ਫਿਰ ਦੋਨੇ ਪਠਾਨ ਜਿਹੜੇ ਸੀ ਇਹਨਾਂ ਨੂੰ ਜੇਲ ਹੋ ਗਈ ਤੇ ਉਹਨਾਂ ਟਾਈਮਾਂ ਦੇ ਵਿੱਚ ਮੁਕੱਦਮਾ ਚੱਲਿਆ ਜਾਦੇ ਮੁਕੱਦਮਾ ਚੱਲਿਆ ਸੀ ਉਹਨਾਂ ਟਾਈਮਾਂ ਦੇ ਵਿੱਚ ਇੰਗਲੈਂਡ ਦਾ ਇੱਕ ਨਵਾਂ ਨਵਾਂ ਗੋਰਾ ਜਿਹੜਾ 라ਵਲਪਿੰਡੀ ਦੇ ਵਿੱਚ ਡੀਸੀ ਦੇ ਉਹਦੇ ਤੇ ਆਇਆ ਸੀ ਉਸ ਨੂੰ ਜਦ ਇਹ ਸਾਰੀ ਘਟਨਾ ਦਾ ਪਤਾ ਲੱਗਾ ਤੇ ਉਹਨਾਂ ਨੇ ਫਿਰ ਇਸ ਮੁਸਲਮਾਨ ਲੜਕੀ ਦੇ ਪਰਿਵਾਰ ਨੂੰ ਆਪਣੇ ਡੀਸੀ ਦਫ਼ਤਰ 'ਚ ਬੁਲਾਇਆ ਸੀ ਤੇ ਸਾਰੀ ਗੱਲਬਾਤ ਪੁੱਛੀ ਸੀ ਤਾਂ ਫਿਰ ਲੜਕੀ ਨੇ ਦੱਸਿਆ ਸੀ ਕਿ ਕਿ ਮੈਂ ਇੱਕ ਸਿੱਖ ਸਰਦਾਰ ਨੇ ਮੇਰੀ ਇਹਨਾਂ ਤੋਂ ਜਿਹੜੀ ਉਹਨਾਂ ਟਾਈਮਾਂ ਦੇ ਵਿੱਚ ਪੱਤ ਬਚਾਈ ਸੀ ਜਾਂ ਸਾਰੀ ਘਟਨਾ ਦਾ ਜੇਕਰ ਉਸ ਬੱਚੀ ਨੇ ਡੀਸੀ ਗੋਰੇ ਦੇ ਨਾਲ ਕੀਤਾ ਸੀਗਾ ਤਾਂ ਫਿਰ ਡੀਸੀ ਗੋਰਾ ਜਿਹੜਾ ਸੀਗਾ ਉਹ ਬੱਚੀ ਦੀਆਂ ਗੱਲਾਂ ਤੇ ਇੰਨਾ ਪ੍ਰਭਾਵਿਤ ਹੋਇਆ ਸੀਗਾ ਔਰ ਖਾਸ ਕਰਕੇ ਸਾਧੂ ਸਿੰਘ ਹੋਣਾਂ ਦੀ ਇਸ ਮੌਕੇ ਤੇ ਕੀਤੀ ਬਹਾਦਰੀ ਦਾ ਫਿਰ ਉਸ ਗੋਰੇ ਡੀਸੀ ਨੇ ਅੰਗਲੈਂਡ ਦੇ ਵਿੱਚ ਇਹ ਸਪਾਰਸ਼ ਕਰਕੇ ਚਿੱਠੀ ਭੇਜੀ ਸੀ ਕਿ ਜਿਸ ਨੇ ਇਹ ਇਸ ਮੁਸਲਮਾਨ ਲੜਕੀ ਦੀ ਜਾਨ ਬਚਾਈ ਆ ਉਸ ਨੂੰ ਗੋਰੇ ਸਰਕਾਰ ਦੇ ਵੱਲੋਂ ਇੱਕ ਭਾਰੀ ਇਨਾਮ ਦੇਣਾ ਚਾਹੀਦਾ ਹੈਗਾ ਫੇਰ ਐਸੇ ਹੀ ਡੀਸੀ ਦੀ ਚਿੱਠੀ ਦੇ ਉੱਤੇ ਉਹਨਾਂ ਟਾਈਮਾਂ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਬਾਬਾ ਸਾਧੂ ਸਿੰਘ ਦੇ ਵਾਸਤੇ ਉਹਨਾਂ ਟਾਈਮਾਂ ਦੇ ਵਿੱਚ 100 ਰੁਪਇਆ ਇਨਾਮ ਜਿਹੜਾ ਸੀ ਘੋਸ਼ਿਤ ਕਰ ਦਿੱਤਾ ਸੀਗਾ ਤੇ ਜਦ ਇਹ ਇਨਾਮ ਘੋਸ਼ਿਤ ਕੀਤਾ ਫਿਰ ਉਸ ਤੋਂ ਬਾਅਦ ਬਾਬਾ ਸਾਧੂ ਸਿੰਘ ਉਹਨਾਂ ਦੀ ਭਾਲ ਕੀਤੀ ਪਰ ਬਾਬਾ ਸਾਧੂ ਸਿੰਘ ਜਿਹੜੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਇਹ ਇਨਾਮ ਲੈਣ ਵਾਸਤੇ ਕਦੀ ਡੀਸੀ ਦਫ਼ਤਰ ਨਹੀਂ ਸੀ ਗਏ ਤੇ ਨਾ ਉਹਨਾਂ ਦਾ ਪਤਾ ਲੱਗਾ ਸੀਗਾ ਸੋ ਇਸ ਤਰ੍ਹਾਂ ਇਹ ਜਿਹੜੀ ਘਟਨਾ ਸੀ ਇਸ ਨੂੰ ਇੱਕ ਸਾਲ ਤੋਂ ਉੱਪਰ ਸਮਾ ਹੋ ਗਿਆ ਸਗਾ ਸੋ ਇੱਕ ਵਾਰ ਕਾਰਨ ਐਸਾ ਹੋਇਆ ਸਗਾ ਕਿ ਜਦੋਂ ਬਾਬਾ ਸਾਧੂ ਸਿੰਘ ਜਿਹੜੇ ਸਗੇ ਉਹਨਾਂ ਟਾਈਮਾਂ ਦੇ ਵਿੱਚ ਆਪਣੇ ਊਠ ਤੇ ਖਚਰਾ ਲੈ ਕੇ ਅਨ ਦੇ ਵਪਾਰ ਵਾਸਤੇ ਜਾਦ ਜਿਹੜੇ ਅਸੀਂ ਪਿੰਡਾਂ 'ਚ ਘੁੰਮ ਰਹੇ ਸੀ ਬਾਬਾ ਸਾਧੂ ਸਿੰਘ ਇਸ ਕੰਮ ਤੋਂ ਬੜੇ ਬੇਖਬਰ ਸਗੇ ਕਿਉਂਕਿ ਇਹ ਘਟਨਾ ਤੋਂ ਸਾਲ ਤੋਂ ਉੱਪਰ ਹੋ ਗਿਆ ਸਗਾ ਪਰ ਜੇਸ ਲੜਕੀ ਦੀ ਪਤ ਬਾਬਾ ਸਾਧੂ ਸਿੰਘ ਹੋਣਾਂ ਨੇ ਬਚਾਈ ਸੀ ਉਹ ਲੜਕੀ ਜਿਹੜੀ ਸੀਗੀ ਉਸ ਦਾ ਵਿਆਹ ਜਿਹੜਾ ਸੀਗਾ ਕਿਸੇ ਹੋਰ ਪਿੰਡ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਕਰ ਦਿੱਤਾ ਗਿਆ ਸੀ ਔਰ ਜੇਸ ਪਿੰਡ ਇਸ ਲੜਕੀ ਦਾ ਵਿਆਹ ਕੀਤਾ ਗਿਆ ਸੀ ਅਚਨਚੇ ਸਵਭ ਐਸਾ ਹੋਇਆ ਕਿ ਬਾਬਾ ਸਾਧੂ ਸਿੰਘ ਕਿਸੇ ਦਲਾਲ ਦੇ ਨਾਲ ਅਨ ਖਰੀਦੇ ਹੋਏ ਇਸੇ ਹੀ ਲੜਕੀ ਦੇ ਸਹੁਰੇ ਪਿੰਡ ਦੇ ਵਿੱਚ ਇਸੇ ਹੀ ਲੜਕੀ ਦੇ ਘਰ ਪਹੁੰਚ ਗਏ ਜਾਦੇ ਲੜਕੀ ਦੇ ਘਰ ਮੁੰਚੇ ਜਿਉਂ ਹੀ ਬਾਬਾ ਸਾਧੂ ਸਿੰਘ ਇਸ ਲੜਕੀ ਦੇ ਸਹੁਰੇ ਘਰ ਦੇ ਵਿੱਚ ਜਿਉਂ ਹੀ ਬੇੜੇ ਦੇ ਵਿੱਚ ਜਾ ਕੇ ਖੜੇ ਹੋਏ ਉਸ ਟਾਈਮ ਇਹ ਜਿਹੜੀ ਮੁਸਲਮਾਨ ਲੜਕੀ ਸੀ ਉਹਨਾਂ ਟਾਈਮਾਂ ਦੇ ਵਿੱਚ ਆਪਣੇ ਸਹੁਰੇ ਘਰ ਦੇ ਅੰਦਰ ਮੁੰਡਾਣੀ ਦੇ ਨਾਲ ਦੁੱਧ ਰੜਕ ਰਹੀ ਸੀ ਜਦ ਮੁੰਡਾਣੀ ਦੇ ਨਾਲ ਦੁੱਧ ਰੜਕ ਰਹੀ ਸੀ ਅਚਨਚੇਤ ਉਸ ਲੜਕੀ ਦੀ ਨਿਗਾ ਬੱਬਾ ਸਤੂ ਸਿੰਘ ਉਹਨਾਂ ਦੇ ਪਈ ਤੇ ਜਿਉਂ ਹੀ ਪਈ ਤਾਂ ਉਸ ਮੁਸਲਮਾਨ ਲੜਕੀ ਨੇ ਬਾਬਾ ਸਾਧੂ ਸਿੰਘ ਹੁਣਾਂ ਨੂੰ ਪਛਾਣ ਲਿਆ ਤੇ ਉਹਨੂੰ ਜਿਹੜਾ ਉਸੇ ਟਾਈਮ ਦੁੱਧ ਰੜਕਣਾ ਭੁੱਲ ਗਿਆ ਤੇ ਉਹ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਦੁੱਧ ਰੜਕਣ ਵਾਲੀ ਚਾਟੀ ਨੂੰ ਛੱਡਦੀ ਹੋਈ ਉੱਚੀ ਉੱਚੀ ਇਹ ਕਹਿੰਦੀ ਬਾਬਾ ਸਾਧੂ ਸਿੰਘ ਭੱਜ ਜੀ ਕਿ ਮੇਰਾ ਲਾਲਾ ਆ ਗਿਆ ਹੈ ਮੇਰਾ ਲਾਲਾ ਆ ਗਿਆ ਹੈ ਜਦੋਂ ਨੇ ਲਾਲੇ ਲਾਲੇ ਦੀ ਜਿਹੜੀ ਸੀਗੀ ਉਹ ਦੁਹਾਈ ਪਾਈ ਤਾਂ ਸੋਹਰਾ ਪਰਿਵਾਰ ਬੜਾ ਹੈਰਾਨ ਹੋ ਗਿਆ ਉਹਨਾਂ ਨੇ ਕੀ ਦੇਖਿਆ ਕਿ ਉਹਨਾਂ ਦੀ ਨੋ ਜਿਹੜੀ ਸੀ ਦੌੜ ਕੇ ਜਾ ਕੇ ਬਾਬਾ ਸਾਧੂ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰੀ ਪਾ ਕੇ ਉੱਚੀ ਉੱਚੀ ਰੋਣ ਲੱਗ ਪਈ ਜਦ ਰੋਣ ਲੱਗ ਪਈ ਤਾਂ ਬਾਬਾ ਸਾਧੂ ਸਿੰਘ ਉਹਨਾਂ ਨੇ ਵੀ ਜਿਹੜਾ ਸੀ ਇਸ ਲੜਕੀ ਨੂੰ ਪਛਾਣਿਆ ਤੇ ਮਨ ਦੇ ਵਿੱਚ ਸਾਰੀ ਕੱਟਣਾ ਜਿਹੜੀ ਸਾਲ ਪਹਿਲਾਂ ਉਸੇ ਯਾਦ ਆ ਗਈ ਤੇ ਜਦ ਯਾਦ ਆਈ ਤਾਂ ਫਿਰ ਬਾਬਾ ਸਾਧੂ ਸਿੰਘ ਉਹਨਾਂ ਨੇ ਉਸੇ ਹੀ ਲੜਕੀ ਦੇ ਸਿਰ ਦੇ ਉੱਤੇ ਬੜੇ ਪਿਆਰ ਦੇ ਨਾਲ ਹੱਥ ਰੱਖ ਦਿੱਤਾ ਤੇ ਉਹਨੂੰ ਫਿਰ ਦਲਾਸਾ ਦਿੱਤਾ ਜਦ ਦਲਾਸਾ ਦਿੱਤਾ ਤੇ ਫਿਰ ਸਹੁਰੇ ਪਰਵਾਰ ਨੇ ਪੁੱਛਿਆ ਉਸ ਲੜਕੀ ਨੂੰ ਕਿ ਤੂੰ ਇਸ ਸਿੰਘ ਸਰਦਾਰ ਨੂੰ ਕਿਵੇਂ ਜਾਣਦੀ ਆ ਫਿਰ ਉਸ ਲੜਕੀ ਨੇ ਜਿਹੜੀ ਉਹਦੇ ਨਾਲ ਘਟਨਾ ਹੋਈ ਸੀ ਉਹਨਾਂ ਟਾਈਮ ਦੇ ਵਿੱਚ ਵਿਆਹ ਤੋਂ ਪਹਿਲਾਂ ਉਹ ਸਾਰੀ ਸਹੁਰੇ ਪਰਵਾਦੇ ਨਾਲ ਸਾਂਝੀ ਕੀਤੀ ਸੀ ਤੇ ਇੱਥੋਂ ਤੱਕ ਦੱਸਿਆ ਸੀਗਾ ਕਿ ਅਗਰ ਇਹ ਸਿੰਘ ਸਰਦਾਰ ਮੇਰੀ ਉਸ ਟਾਈਮ ਦੇ ਵਿੱਚ ਔਖੀ ਘੜੀ ਦੇ ਵਿੱਚ ਸਹਯਤਾ ਨਾ ਕਰਦੀ ਤਾਂ ਹੋ ਸਕਦਾ ਹੈ ਕਿ ਅੱਜ ਮੈਂ ਸੰਸਾਰ ਦੇ ਵਿੱਚ ਕਦੀ ਨਹੀਂ ਹੁੰਦੀ ਜੇ ਇਹ ਸਾਰੀ ਘਟਨਾ ਦਾ ਜੇਕਰ ਉਸ ਬੱਚੀ ਨੇ ਆਪਣੇ ਸਹੁਰੇ ਪਰਿਵਾਰ ਨਾਲ ਸਾਂਝਾ ਕੀਤਾ ਸੀ ਤਾਂ ਫਿਰ ਸਹੁਰੇ ਪਰਿਵਾਰ ਨੇ ਜਿਹੜਾ ਸੀਗਾ ਬਾਬਾ ਸਾਧੂ ਸਿੰਘ ਨੇ ਦੱਸਿਆ ਸੀਗਾ ਕਿ ਕਿਵੇਂ ਇਸ ਘਟਨਾ ਤੋਂ ਬਾਅਦ ਸਰਕਾਰ ਨੇ ਉਹਨਾਂ ਦੇ ਪ੍ਰਤੀ 100 ਰੁਪਏ ਨਾਮ ਰੱਖਿਆ ਹੈਗਾ ਤੇ ਇਸ ਕਰਕੇ ਤੁਹਾਨੂੰ ਇਹ ਜਿਹੜਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ ਪਰ ਫਿਰ ਬਾਬਾ ਸਾਧੂ ਸਿੰਘ ਨੇ ਆਖਿਆ ਸੀਗਾ ਕਿ ਇਸ ਬੱਚੀ ਨੇ ਮੈਨੂੰ ਲਾਲਾ ਆਖਿਆ ਹੈ ਇਸ ਕਰਕੇ ਮੈਂ ਦਾ ਧਰਮ ਦਾ ਭਰਾ ਹਾਂ ਤੇ ਇਹ ਮੇਰੀ ਧਰਮ ਦੀ ਭੈਣ ਹੈਗੀ ਆ ਤੇ ਭੈਣ ਦੀ ਰੱਖਿਆ ਦੇ ਵਾਸਤੇ ਭਰਾ ਨੂੰ ਕਿਸੇ ਨਾਮ ਦੀ ਸਰਕਾਰ ਦੀ ਲੋੜ ਨਹੀਂ ਹੈਗੀ ਆ ਇਹ ਤਾਂ ਸਾਡਾ ਧਰਮ ਹੈਗਾ ਜਦ ਬਾਬਾ ਸਾਧੂ ਸਿੰਘ ਨੇ ਸਪਸ਼ਟੇ ਕਰਨ ਦਿੱਤਾ ਸਗਾ ਇਸ ਕਰਕੇ ਜਿਹੜਾ ਮੁਸਲਮਾਨ ਪਰਿਵਾਰ ਸੀ ਸਹੁਰੇ ਵਾਲਾ ਲੜਕੀ ਦਾ ਚੁੱਪ ਕਰ ਗਿਆ ਸੀ ਉਸ ਤੋਂ ਬਾਅਦ ਫਿਰ ਉਹ ਸਹੁਰੇ ਪਰਿਵਾਰ ਨੇ ਉਹਨਾਂ ਟੈਮਾਂ ਦੇ ਵਿੱਚ ravel पिंडी ਜਾ ਕੇ ਇਹ ਜਿਹੜੇ ਡੀਸੀ ਸੀ ਇਹਨਾਂ ਦੇ ਦੇ ਕੋਲ ਜਾ ਕੇ ਹਨ ਬਾਬਾ ਸਬਤ ਸਿੰਘ ਹੁਣਾਂ ਦਾ ਪਤਾ ਦੱਸਿਆ ਸੀ ਕਿ ਜਿਨ੍ਹਾਂ ਦੇ ਵਾਸਤੇ ਤੁਸੀਂ 100 ਰੁਪਏ ਬ੍ਰਿਸ਼ਟ ਸਰਕਾਰ ਤੋਂ ਨਾਮ ਘੋਸ਼ਿਤ ਕਰਾਇਆ ਹੈਗਾ ਉਹ ਜਿਹੜੇ ਸਿੰਘ ਸਰਦਾਰਾ ਸਾਡੇ ਪਿੰਡ ਦੇ ਵਿੱਚ ਟਿਕੇ ਹੋਏ ਆ ਤੇ ਉਹ ਸਾਡੇ ਪਿੰਡ ਦੇ ਵਿੱਚ ਅਨਾਜ ਲੈਣ ਵਾਸਤੇ ਸਾਡੇ ਘਰ ਪਹੁੰਚੇ ਹੋਏ ਆ ਇਸ ਤੋਂ ਬਾਅਦ ਫਿਰ ਡੀਸੀ ਸਾਹਿਬ ਨੇ ਆਪਣੀ ਪੁਲਿਸ ਭੇਜ ਕੇ ਬਾਬਾ ਸਬਤ ਸਿੰਘ ਹੁਣਾਂ ਨੂੰ ਆਪਣੇ ਦਫ਼ਤਰ ਰਾਵਰ ਪਿੰਡੀ ਬੁਲਾਇਆ ਸਗਾ ਜਦ ਬਾਬਾ ਸਾਧੂ ਸਿੰਘ ਜਿਹੜੇ ਸੀਗੇ ਡੀਸੀ ਦਫਤਰ 라ਵਲ ਪਿੰਡੀ હાજર ਹੋਏ ਸੀ ਤਾਂ ਉਹ ਜਿਹੜੀ ਲੜਕੀ ਸੀਗੀ ਉਹ ਵੀ ਬਾਬਾ ਸਾਧੂ ਸਿੰਘ ਹੁਣਾਂ ਦੇ ਨਾਲ ਗਈ ਸੀ ਤੇ ਉਹਦਾ ਸਾਰਾ ਪਰਿਵਾਰ ਵੀ ਸਾਰਾ ਗਿਆ ਸੀਗਾ ਤੇ ਫਿਰ ਇਸ ਗੋਰੇ ਡੀਸੀ ਨੇ ਫਿਰ ਬਾਬਾ ਸਾਧੂ ਸਿੰਘ ਹੁਣਾਂ ਤੋਂ ਸਾਰੀ ਜਿਹੜੀ ਇਸ ਘਟਨਾ ਕਿਵੇਂ ਹੋਈ ਸੀ ਉਹਦਾ ਸਾਰਾ ਜਿਹੜਾ ਸੰਖੇਪ ਵਰਣਨ ਸੀਗਾ ਫਿਰ ਚੰਗੀ ਤਰ੍ਹਾਂ ਸੁਣਿਆ ਸੀਗਾ ਜਦ ਸੁਣਿਆ ਸੀਗਾ ਤੇ ਫਿਰ ਬਾਬਾ ਸਾਧੂ ਸਿੰਘ ਹੁਣਾਂ ਨੇ ਜਿਹੜੀ ਸੀ ਸਾਰੀ ਘਟਨਾ ਦਾ ਜਿਗਰ ਜਿਹੜਾ ਸੀਗਾ ਉਸ ਡੀਸੀ ਗੋਰੇ ਦੇ ਨਾਲ ਕੀਤਾ ਸੀ ਯਾਦ ਡੀਸੀ ਗੋਰੇ ਦੇ ਨਾਲ ਕੀਤਾ ਸੀ ਫਿਰ ਜਿਹੜਾ ਡੀਸੀ ਗੋਰਾ ਸੀਗਾ ਉਹ ਫਿਰ ਇੰਨਾ ਪ੍ਰਭਾਵਿਤ ਹੋਇਆ ਸੀਗਾ ਤੇ ਉਸ ਨੇ ਫਿਰ ਬਾਬਾ ਸਾਧੂ ਸਿੰਘ ਨੂੰ ਆਖਿਆ ਸੀਗਾ ਕਿ ਜਦੋਂ ਤੁਸੀਂ ਇਸ ਲੜਕੀ ਨੂੰ ਛਡਾਉਣ ਦਾ ਯਤਨ ਕੀਤਾ ਸੀਗਾ ਪਰ ਜਦੋਂ ਤੁਸੀਂ ਪਹਿਲੀ ਵਾਰੀ ناکਾਮ ਹੋਏ ਸੀਗੇ ਤਾਂ ਉਸ ਤੋਂ ਬਾਅਦ ਤੁਹਾਡੇ ਮਨ ਦੀ ਦਸ਼ਾ ਕੀ ਹੋਈ ਸੀ ਫਿਰ ਬਾਬਾ ਸਾਧੂ ਨੇ ਦੱਸਿਆ ਸੀਗਾ ਕਿ ਮੇਰੇ ਮਨ ਦੇ ਵਿੱਚ ਇਹ ਆਇਆ ਸੀਗਾ ਕਿ ਇਹ ਦੋਨੇ ਪਠਾਨ ਜਿਹੜੇ ਸਰੀਰ ਕਰਕੇ ਬੜੇ ਤਕੜੇ ਬਲਵਾਰੇ ਹੈਗੇ ਆ ਇਸ ਕਰਕੇ ਇਹ ਸਮਝਾਉਣ ਤੇ ਨਹੀਂ ਸਮਝਣਗੇ ਤੇ ਇਸ ਕਰਕੇ ਮੈਨੂੰ ਡਾਂਗ ਨੂੰ ਹੁਣ ਹੱਥ ਪਾਉਣਾ ਜ਼ਰੂਰੀ ਆ ਪਰ ਕਿੰਦੇ ਵੀ ਜਦੋਂ ਇਸ ਲੜਕੀ ਨੇ ਇਹ ਮਾਂ ਚ ਸਮਝਿਆ ਵੀ ਖਾਦੀ ਸਿੰਘ ਸਰਦਾਰ ਮੈਨੂੰ ਪੋਛਲੇ ਛੱਟ ਕੇ ਜਾ ਰਿਹਾ ਹੈ ਤੇ ਇਸ ਬੱਚੀ ਨੇ ਫਿਰ ਮੈਨੂੰ ਉੱਚੀ ਉੱਚੀ ਬਾਬੇ ਨਾਨਕ ਦਾ ਵਾਸਤਾ ਪਾਇਆ ਸੀ ਕਿ ਤੈਨੂੰ ਬਾਬੇ ਨਾਨਕ ਦਾ ਵਾਸਤਾ ਹੈਗਾ ਤੂੰ ਮੇਰੀ ਇਹਨਾਂ ਬਦਮਾਸ਼ਾਂ ਦੇ ਚੁੰਗਲਾਂ ਤੋਂ ਜਾਨ ਬਚਾ ਹੈ ਤੇ ਫੇਰ ਬਾਬਾ ਸਾਧੂ ਸੇਖਣੀ ਉਸ ਡੀਸੀ ਨੂੰ ਦੱਸਿਆ ਸੀਗਾ ਕਿ ਜਿਉਂ ਹੀ ਇਹਨੇ ਬਾਬੇ ਨਾਨਕ ਦਾ ਵਾਸਤਾ ਪਾਇਆ ਸੀ ਤਾਂ ਮੇਰੇ ਅੰਦਰ ਬਾਬੇ ਨਾਨਕ ਦਾ ਨਾਮ ਸੁਣਦੇ ਸਾਰੀ ਐਸੀ ਦਸ਼ਾ ਹੋ ਗਈ ਸੀ ਕਿ ਮੇਰੇ ਮਨ ਦੇ ਵਿੱਚ ਉਸੇ ਟਾਈਮ ਬਿਜਲੀ ਦੇ ਵਾਂਗ ਇੱਕ ਐਸੀ ਸ਼ਕਤੀ ਪੈਦਾ ਹੋ ਗਈ ਕਿ ਬਸ ਉਸ ਤਾਕਤ ਦੇ ਕਾਰਨ ਕਹਿੰਦੇ ਵੀ ਕਿ ਮੈਂ ਦੌੜ ਕੇ ਜਾ ਕੇ ਡਾਂਗ ਨੂੰ ਹੱਥ ਪਾ ਲਿਆ ਸੀਗਾ ਪਰ ਉਸ ਟਾਈਮ ਜਿਹੜੀ ਘਟਨਾ ਇੱਕ ਐਸਾ ਕੌਤਕ ਬਾਬਾ ਸਾਧੂ ਸਿੰਘ ਨਾਲ ਹੋਇਆ ਸੀਗਾ ਇਸ ਕੌਤਕ ਨੂੰ ਸੁਣਦੇ ਸਾਰੇ ਉਹ ਜਿਹੜਾ ਗੋਰਾ ਡੀ ਸੀ ਸੀ ਤੇ ਆਲੇ ਦੁਆਲੇ ਜਿਹੜੇ ਲੋਕੀ ਉਹ ਸੁਣਦੇ ਸਾਰੇ 당 ਰਹਿ ਗਏ ਸੀ ਫਿਰ ਬਾਬਾ ਸਾਧੂ ਸਿੰਘ ਹੋਣਾ ਨੇ ਉਸ ਗੋਰੇ ਡੀ ਸੀ ਨੂੰ ਇਹ ਦੱਸਿਆ ਸੀਗਾ ਕਿ ਜਦੋਂ ਇਸ ਲੜਕੀ ਨੇ ਬਾਬੇ ਨਾਨਕ ਦਾ ਵਾਸਤਾ ਪਾ ਕੇ ਮੈਨੂੰ ਆਵਾਜ਼ਾਂ ਮਾਰੀਆਂ ਸੀ ਤੇ ਕਹਿੰਦੇ ਮੈਂ ਕੀ ਦੇਖਿਆ ਸੀਗਾ ਕਿ ਉਹਨਾਂ ਟੈਂਪਲ ਦੇ ਵਿੱਚ ਪ੍ਰਤੱਖ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੇਰੇ ਸਾਹਮਣੇ ਆ ਕੇ ਪ੍ਰਤੱਖ ਦਰਸ਼ਨ ਦਿੱਤੇ ਸੀਗੇ ਕਹਿੰਦੇ ਇਹ ਦਰਸ਼ਨ ਐਸੇ ਸੀ ਕਿ ਜਿਵੇਂ ਘਰਬਾਣੀ ਦਾ ਫਰਮਾਨ ਹੈ ਕਿ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧਰ ਹੀ ਬੁੱਧ ਕੀ ਨਾ ਬੋਧਰ ਹੀ ਮਤ ਮੇ ਨਾ ਮਤਾ ਹੈ ਕਹਿੰਦੇ ਮੈਨੂੰ ਸਾਰਾ ਕੁਝ ਭੁੱਲ ਗਿਆ ਸੀਗਾ ਤੇ ਖੁਸ਼ੀ ਦੇ ਨਾਲ ਦਰਸ਼ਨਾ ਦੇਖਦੇ ਸਾਰੀ ਮੇਰੀਆਂ ਚਾਂਗਾਂ ਨਿਕਲ ਗਈਆਂ ਸੀ ਪਰ ਦੂਸਰੇ ਪਾਸੇ ਬਦਲੇ ਦੇ ਜੋਸ਼ ਦੀ ਭਾਵਨਾ ਨੇ ਕਹਿੰਦੇ ਮੇਰੇ ਅੰਦਰ ਐਸਾ ਪੁਚਾਲ ਮਚਾ ਦਿੱਤਾ ਸੀਗਾ ਕਿ ਮੈਂ ਉਸੇ ਟਾਈਮ ਡਾਂਗ ਨੂੰ ਹੱਥ ਪਾ ਕੇ ਉਹਨਾਂ ਪਠਾਣਾ ਦਾ ਕਰ ਚੋਮਣ ਕੱਢਣ ਵਾਸਤੇ ਕਹਿੰਦੇ ਵੀ ਮੈਂ ਜਿਹੜਾ ਸੀ ਇੱਕ ਭਰਮਾਬਾਰ ਕੀਤਾ ਸੀ ਜਿਸ ਤੋਂ ਬਾਅਦ ਫਿਰ ਇਹ ਜਿਹੜੇ ਪਠਾਨ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਉਸੇ ਟਾਈਮ ਨਾਲ ਅੱਠ ਗਏ ਸੀ ਜਿਆਦਾ ਫਿਰ ਇਹ ਡੀਸੀ ਸਾਹ ਰਾਵਲ ਪਿੰਡੀ ਵਾਲੇ ਗੋਰੇ ਸਿੰਘ ਨੇ ਬਾਬਾ ਸਾਧੂ ਸਿੰਘ ਤੋਂ ਇਹ ਕੱਟਣਾ ਸੁਣੀ ਸੀ ਤਾਂ ਫਿਰ ਉਹ ਜਿਹੜਾ ਗੋਰਾ ਡੀਸੀ ਨੇ ਪ੍ਰਭਾਵਿਤ ਹੋਇਆ ਉਹਨੇ ਫਿਰ ਬਾਬਾ ਸਾਧੂ ਸਿੰਘ ਨੂੰ ਆਖਿਆ ਕਿ ਤੂੰ ਇਸ ਘਟਨਾ ਦਾ ਜਿਹੜਾ ਜ਼ਿਕਰ ਮੇਰੇ ਨਾਲ ਸਾਂਝਾ ਕੀਤਾ ਪਰ ਮੇਰੇ ਅੰਦਰ ਬਹੁਤ ਸਾਰੇ ਸਵਾਲ ਹੈਗੇ ਆ ਜਿਨ੍ਹਾਂ ਸਵਾਲਾਂ ਦਾ ਜਵਾਬ ਜਿਹੜਾ ਮੈਂ ਆਪ ਤੋਂ ਲੈਣਾ ਚਾਹੁੰਦਾ ਹੈਗਾ ਇਸ ਕਰਕੇ ਉਸ ਗੋਰੇ ਡੀਸੀ ਨੇ ਬਾਬਾ ਸਾਧੂ ਸਿੰਘ ਨੂੰ ਆਪਣੇ ਰਹਿائش ਦੇ ਸਥਾਨ ਦੇ ਉਤੇ ਦੂਸਰੇ ਦਿਨ ਬੁਲਾਇਆ ਸੀਗਾ ਉਸ ਤੋਂ ਬਾਅਦ ਜਦੋਂ ਸਾਰਾ ਵਰਤਾਂਤ ਡੀਸੀ ਸਾਹਿਬ ਨੇ ਬਾਬਾ ਸਾਧੂ ਸਿੰਘ ਹੁਣਾਂ ਤੋਂ ਸੁਣਿਆ ਸੀਗਾ ਫਿਰ ਉਸੇ ਟਾਈਮ ਉਸ ਡੀਸੀ ਨੇ 100 ਰੁਪਏ ਵਾਲਾ ਨਾਮ ਜਿਹੜਾ ਸੀ ਬਾਬਾ ਸਾਧੂ ਸਿੰਘ ਹੁਣਾਂ ਨੂੰ ਥੈਲੀ ਦੇ ਵਿੱਚ ਪਾ ਕੇ ਜਦ ਪੇਸ਼ ਕਰ ਦਿੱਤਾ ਸੀ ਤੇ ਇਹ ਥੈਲੀ ਫੜਦੇ ਆ ਸਾਰੀ ਬਾਬਾ ਸਾਧੂ ਸਿੰਘ ਹੁਣਾਂ ਨੇ ਪਹਿਲਾਂ ਇਹ 100 ਰੁਪਏ ਵਾਲਾ ਨਾਮ ਜਿਹੜਾ ਅੱਜ ਦੇ ਵਿੱਚ ਕਟੋਕਟ 1 ਲੱਖ ਤੋਂ ਜ਼ਿਆਦਾ ਰਕਮ ਬਣਦੀ ਹੈ ਸਭ ਤੋਂ ਪਹਿਲਾਂ ਆਪਣੇ ਮੱਥੇ ਨੂੰ ਲਾਈ ਸੀ ਮੱਥੇ ਨੂੰ ਥਾਲੀ ਲਾਉਣ ਤੋਂ ਬਾਅਦ ਫਿਰ ਬਾਬਾ ਸਾਧੂ ਸਿੰਘ ਹੋਣਾ ਨੇ ਉਹੀ ਰੁਪਈਆ ਦੀ ਥੈਲੀ ਉਸ ਮੁਸਲਮਾਨ ਲੜਕੀ ਜਿਸ ਦੀ ਪਤ ਬਾਬਾ ਸਾਧੂ ਸਿੰਘ ਨੇ ਬਚਾਈ ਸੀ ਉਹਦੀ ਝੋਲੀ ਦੇ ਵਿੱਚ ਪਾ ਦਿੱਤੀ ਜਦ ਝੋਲੀ ਦੇ ਵਿੱਚ ਪਾਈ ਸੀ ਤਾਂ ਆੜ੍ਹੇ ਵਾਲੀ ਦੇ ਜਿਹੜੇ ਸਾਰੇ ਪਰਿਵਾਰ ਦੇ ਆਦਮੀ ਤਾਂ ਹੋਰ ਜਿਹੜੇ ਉਨਾ ਟਾਈਮਾਂ ਦੇ ਵਿੱਚ ਡੀਸੀ ਨੇ ਤਹਿਸੀਲਦਾਰ ਪਤਵੰਤੇ ਸੱਜਣ ਜਾਂ ਹੋਰ ਆਲੇ-ਵਲੇ ਇਲਾਕੇ ਦੇ ਲੋਕੀ ਸੱਦੇ ਸੀ ਉਹ ਦੇਖ ਕੇ 당ਗ ਰਹਿ ਗਏ ਸੀ ਤਾਂ ਫਿਰ ਫਿਰ ਡੀਸੀ ਨੇ ਬਾਬਾ ਸਾਧੂ ਸਿੰਘ ਨੂੰ ਪੁੱਛਿਆ ਸੀਗਾ ਕਿ ਇਹ 100 ਰੁਪਏ ਦੀ ਰਕਮ ਜਿਹੜੀ ਸਰਕਾਰ ਨੇ ਤੁਹਾਨੂੰ ਇਨਾਮ ਕੋਸ਼ਿਤ ਕੀਤੀ ਸੀ ਤੁਸੀਂ ਇਸ ਮੁਸਲਮਾਨ ਲੜਕੀ ਨੂੰ ਕਿਉਂ ਦੇ ਦਿੱਤੀ ਹੈ ਫਿਰ ਬਾਬਾ ਸਾਧੂ ਸਿੰਘ ਨੇ ਆਖਿਆ ਸੀਗਾ ਕਿ ਜਿਹੜੇ ਵੀਰ ਹੁੰਦੇ ਆ ਏ ਵੀਰ ਭੈਣਾਂ ਦੀ ਪਤਲਾ ਨਾਮ ਨਹੀਂ ਲੈਂਦੇ ਹੈਗੇ ਸਗੋਂ ਭੈਣਾਂ ਨੂੰ ਕੁਛ ਦਿੰਦੇ ਹੈਗੇ ਇਸ ਕਰਕੇ ਮੈਂ ਇਹ ਸਾਰੀ ਰਕਮ ਆਪਣੀ ਭੈਣ ਮੁਸਲਮਾਨ ਨੂੰ ਜੋ ਮੇਰੀ ਮੂੰਹ ਬੋਲੀ ਹੁਣ ਸਗੀ ਭੈਣ ਨਾਲੋਂ ਵੀ ਜ਼ਿਆਦਾ ਹੈਗੀ ਆ ਇਸ ਦੀ ਝੋੜੀ ਦੇ ਵਿੱਚ ਪਾਰਤੀ ਹੈਗੀ ਜੇ ਤੋਂ ਬਾਅਦ ਫਿਰ ਇਹ ਜਿਹੜੇ ਡੀਸੀ ਗੋਰੇ ਸੀ ਇੰਨੇ ਪ੍ਰਭਾਵਿਤ ਹੋਏ ਸੀ ਉਹਨਾਂ ਨੇ ਫਿਰ ਬਾਬਾ ਸਾਧੂ ਸਿੰਘ ਹੁਣਾਂ ਨੂੰ ਆਪਣੀ ਰਹਿائش ਸਥਾਨ ਦੇ ਉੱਤੇ ਦੂਸਰੇ ਦਿਨ ਬੁਲਾਇਆ ਸੀਗਾ ਜਦੋਂ ਬਾਬਾ ਸਾਧੂ ਸਿੰਘ ਦੂਸਰੇ ਦਿਨ ਉਸ ਡੀਸੀ ਦੀ ਰਹਿائش ਸਥਾਨ ਦੇ ਉੱਤੇ ਪਹੁੰਚੇ ਸੀਗੇ ਤਾਂ ਫਿਰ ਉਹ ਉਸ ਡੀਸੀ ਨੇ ਬਾਬਾ ਸਾਧੂ ਸਿੰਘ ਹੁਣਾਂ ਨੂੰ ਜਿਹੜੇ ਸੀਗੇ ਉਹ ਕਈ ਤਰ੍ਹਾਂ ਦੇ ਸਿੱਖ ਧਰਮ ਦੇ ਪ੍ਰਤੀ ਸਵਾਲ ਪੁੱਛੇ ਸੀਗੇ ਤੇ ਇਹਨਾਂ ਸਵਾਲਾਂ ਦੇ ਵਿੱਚ ਉਹ ਡੀਸੀ ਹੈਰਾਨ ਰਹਿ ਗਿਆ ਸੀਗਾ ਕਿ ਕਿਵੇਂ ਬਾਬਾ ਸਾਧੂ ਸਿੰਘ ਇੱਕ ਮਹੀਨੇ ਦੀ ਛੁੱਟੀ ਆ ਕੇ ਜਿਨ੍ਹਾਂ ਨੇ ਬਾਬਾ ਕਾਨ ਸਿੰਘ ਹੁਣਾਂ ਦੀ ਸੰਗਤ ਕੀਤੀ ਆ ਤੇ ਬਾਬਾ ਕਾਨ ਸਿੰਘ ਹੁਣਾਂ ਤਾਂ ਉਮਰ ਛੱਕ ਕੇ ਕਿਵੇਂ ਤਿਆਰ ਤਿਆਰ ਸਿੰਘ ਹੋ ਗਏ ਆ ਤੇ ਇਨਾਂ ਨੇ ਉਹ ਜਿਹੜੀ ਨੌਕਰੀ ਫੌਜ ਦੀ ਸੀ ਜਿਹਦੇ ਵਿੱਚ ਕਲਰਕ ਭਰਤੀ ਹੋਏ ਸੀ ਚੰਗੀ ਇਨਕਮ ਸੀ ਸਭ ਨੂੰ ਛੱਡ ਕੇ ਇੱਕ ਵਪਾਰ ਦਾ ਧੰਦਾ ਬਣਾ ਲਿਆ ਸਗਾ ਤੇ ਇਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਡੀਸੀ ਸਾਹਿਬ ਨੇ ਹੋਰ ਵੀ ਜਿਹੜੇ ਨੇਕਾਂ ਸਵਾਲ ਸੀ ਬਾਬਾ ਸਾਧੂ ਸਿੰਘ ਹੁਣਾਂ ਨੂੰ ਪੁੱਛੇ ਸੀਗੇ ਤੇ ਇਨਾਂ ਸਾਰੇ ਸਵਾਲਾਂ ਦਾ ਜਵਾਬ ਬਾਬਾ ਸਾਧੂ ਸਿੰਘ ਹੁਣਾਂ ਨੇ ਬੜਾ ਤਸੱਲੀ ਬਖਸ਼ ਦਿੱਤਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਬਾਬਾ ਸਾਧੂ ਸਿੰਘ ਪਹਿਲੀ ਵਾਰ ਡੀਸੀ ਨੂੰ ਮਿਲਿਆ ਸੀ ਤਾਂ ਇੱਕ ਲੋਹੇ ਦਾ ਗੜਬਾ ਤੇ ਇੱਕ ਰੱਸੀ ਬਾਬਾ ਸਾਧ ਸੰਗਤ ਦੇ ਹੱਥ ਦੇ ਵਿੱਚ ਸੀਗੀ ਪਰ ਜਦੋਂ ਗੋਰਿਆਂ ਨੇ ਪੁੱਛਿਆ ਸੀਗਾ ਵੀ ਇਹ ਲੋਹੇ ਦਾ ਗੜਬਾ ਤੇ ਰੱਸੀ ਤੁਸੀਂ ਹੱਥ 'ਚ ਕਿਉਂ ਫੜੀ ਆ ਤੇ ਉਸ ਟਾਈਮ ਉਹ ਜਿਹੜੇ ਡੀਸੀਸੀ ਉਹਨਾਂ ਦੇ ਕੋਲ ਇੱਕ ਹੈੱਡ ਕਲਰਕ ਅਸੇ ਕਾ ਖੜਾ ਉਹਨੇ ਅੰਗਰੇਜ਼ੀ ਵਿੱਚ ਗੋਰੀ ਸਿੰਘ ਨੂੰ ਇਹ ਦੱਸਿਆ ਸੀਗਾ ਕਿ ਇਹ ਜਿਹੜੇ ਸਿੱਖ ਸਰਦਾਰ ਇਸ ਤਰ੍ਹਾਂ ਦੇ ਹੁੰਦੇ ਆ ਇਹ ਅੰਧਵਿਸ਼ਵਾਸੀ ਹੁੰਦੇ ਤੇ ਵਿਹਿਮਾ ਭਰਮਾਂ ਦੇ ਸ਼ਿਕਾਰ ਹੁੰਦੇ ਕਿਸੇ ਦੇ ਹੱਥੋਂ ਕੋਈ ਚੀਜ਼ ਨਹੀਂ ਛੱਕਦੇ ਇਸ ਕਰਕੇ ਇਹਨਾਂ ਨੇ ਇਹ ਵਰਤਨਾ ਆਪਣੇ ਕੋਲ ਰੱਖਿਆ ਜਿਸ ਨੂੰ ਦੇਖ ਕੇ ਜਿਹੜਾ ਗੋਰਾ ਡੀਸੀਸੀ ਥੋੜਾ ਸ਼ਸ਼ੋਪੰਜੇ ਪੈ ਗਿਆ ਪਰ ਮਨ 'ਚ ਸੋਚਦਾ ਸੀਗਾ ਕਿ ਮੈਨੂੰ ਇਸ ਤਰ੍ਹਾਂ ਇਹ ਸਿੰਘ ਸਰਦਾਰ ਸਾਧੂ ਸਿੰਘ ਪ੍ਰਦੀਤ ਨਹੀਂ ਹੁੰਦਾ ਕਿ ਜਿੰਨੇ 100 ਰੁਪਈਆ ਬ੍ਰਿਟਿਸ਼ ਸਰਕਾਰ ਦਾ ਦਿੱਤਾ ਹੋਇਆ ਨਾਮ ਉਸ ਲੜਕੀ ਦੀ ਝੋਲੀ ਦੇ ਵਿੱਚ ਪਾਤਾ ਸੀ ਜਿਹੜੀ ਇਹਨਾਂ ਦੀ ਮੂੰਹ ਬੋਲੀ ਪਹਿਣ ਬਣ ਚੁੱਕੀ ਸੀ ਤੇ ਪਰ ਕਿਉਂਕਿ ਉਹ ਜਿਹੜਾ ਹੈਡ ਕਲਰਕ ਸਗਾ ਬਾਬਾ ਸਾਧੂ ਸਿੰਘ ਦੇ ਬਾਰੇ ਨਹੀਂ ਸੀ ਜਾਣਦਾ ਉਹ ਇਹ ਨਹੀਂ ਸੀ ਜਾਣਦਾ ਕਿ ਬਾਬਾ ਸਾਧੂ ਸਿੰਘ ਜਿਹੜੇ ਆ ਕਿਸੇ ਟਾਈਮ ਫੌਜ ਦੇ ਵਿੱਚ ਚੀਫ ਕਮਾਂਡਰ ਦੇ ਨਾਲ ਅੰਗ ਰੱਖਿਆ ਕਰਿਆ ਚੁੱਕਿਆ ਔਰ ਅੰਗਰੇਜ਼ੀ ਬੋਲੀ ਬੋਲਣ ਦੇ ਵਿੱਚ ਔਰ ਸਮਝਣ ਦੇ ਵਿੱਚ ਪੂਰੀ ਮੁਹਾਰੀਅਤ ਹਾਸਲ ਕਰ ਚੁੱਕਿਆ ਪਰ ਡੀਸੀ ਦੇ ਚੁੱਪੀ ਤੋਂ ਬਾਅਦ ਫਿਰ ਬਾਬਾ ਸਾਧੂ ਸਿੰਘ ਹੁਣਾਂ ਨੇ ਕਿਵੇਂ ਫਿਰ ਉਸ ਗੋਰੇ ਅਫਸਰ ਨੂੰ ਅੰਗਰੇਜ਼ੀ ਦੇ ਵਿੱਚ ਜਦ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਸੀ ਤੇ ਉਹ ਜਿਹੜਾ ਗੋਰਾ ਅਫਸਰ ਸੀਗਾ ਉਹ ਇੰਨਾ ਪ੍ਰਸੰਨ ਹੋਇਆ ਸੀਗਾ ਤੇ ਉਸ ਨੇ ਬਿਆਖਿਆ ਸੀਗਾ ਕਿ ਮੇਰਾ ਜਿਹੜਾ ਰਜਾਨ ਅੱਜ ਤੋਂ ਬਾਅਦ ਸਿੱਖੀ ਦੀ ਖੋਜ ਦੇ ਵੱਲ ਹੋਰ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਹੋ ਗਿਆ ਹੈਗਾ ਉਸ ਤੋਂ ਬਾਅਦ ਫਿਰ ਇਹ ਜਿਹੜਾ ਗੋਰਾ ਅਫਸਰ ਡੀਸੀ ਸੀਗਾ ਬਾਬਾ ਸਾਧੂ ਸਿੰਘ ਉਹਨਾਂ ਦੇ ਨਾਲ ਮਿੱਤਰਤਾ ਬਣਾ ਕੇ ਫਿਰ ਬਾਬਾ ਕਾਨ ਸਿੰਘ ਉਹਨਾਂ ਦੇ ਪਾਸ ਪਹੁੰਚਿਆ ਸੀ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਦੇ ਨਾਲ ਵੀ ਆਪਣੇ ਵਿਚਾਰ ਸਾਂਝੇ ਕੀਤੇ ਸੀਗੇ ਇਸ ਕਰਕੇ ਜਿਹੜੀ ਪਹਿਲੀ ਮਿਲਣੀ ਇਸ ਗੋਰੇ ਡੀਸੀ ਅਫਸਰ ਦੀ ਬਾਬਾ ਕਾਨ ਸਿੰਘ ਦੇ ਨਾਲ ਹੋਈ ਸੀ ਇਸੇ ਹੀ ਮਿਲਣੀ ਨੇ ਗੋਰੇ ਅਫਸਰ ਨੂੰ ਸਿੱਖਵਾਣ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਕਰ ਦਿੱਤਾ ਸੀਗਾ ਤੇ ਇਹ ਗੋਰਾ ਅਫਸਰ ਕੋਈ ਹੋਰ ਨਹੀਂ ਆ ਇਹ ਇੰਗਲੈਂਡ ਦਾ ਉਹ ਸਿੱਖ ਹੈਗਾ ਜਿਸ ਨੇ ਸਿੱਖੀ ਦੀ ਖੋਜ ਦੇ ਵਿੱਚ 6 ਵੱਡੇ ਗ੍ਰੰਥ ਲਿਖ ਕੇ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਰੱਖ ਦਿੱਤੇ ਸੀ ਇਹ ਜਿਹੜੇ 6 ਲਿਖੇ ਹੋਏ ਗ੍ਰੰਥ ਆਏ ਇਹਨੇ ਗਹਿਰੇ ਗਿਆਨ ਵਾਲੇ ਆ ਕਿ ਅੱਜ ਵੀ ਜਿਹੜੇ ਆ ਉਹ ਲੱਖਾਂ ਸਿੱਖ ਸੰਗਤਾਂ ਇਹਨਾਂ ਨੂੰ ਪੜ੍ਹ ਕੇ ਬਹੁਤ ਵੱਡਾ ਲਾਭ ਉਠਾ ਸਕਦੀਆਂ ਹੈਗੀਆਂ ਕਿ ਕਿਵੇਂ ਆਪਣੀ ਖੋਜ ਦੇ ਵਿੱਚ ਇਸ ਗੋਰੇ ਡੀਸੀ ਨੇ ਇਹ ਸਾਰੇ ਗ੍ਰੰਥ ਜਿਹੜੇ ਆ ਬਹੁਤ ਡੂੰਘਾਈਆਂ ਦੇ ਅਧਿਐਨ ਤੋਂ ਬਾਅਦ ਲਿਖੇ ਗਏ ਆ ਇਹ ਗੋਹਰਾ ਅਵਸਰ ਜਿਹਦਾ ਨਾਮ ਮਿਸਟਰ ਮੁਕਾਇਲਫ ਹੋਇਆ ਹੈਗਾ ਜਿਹੜੇ ਮਿਸਟਰ ਮੁਕਾਇਲਫ ਸਗੇ ਅੱਜ ਸ ਇੱਕ ਕੌਮ ਦੇ ਵਾਸਤੇ ਇਹ ਚਾਨਣ ਮਨਾਰਾ ਗਿਆਨ ਦੀ ਤਰ੍ਹਾਂ ਉਸੇ ਤਰ੍ਹਾਂ ਵੰਡ ਰਿਹਾ ਹੈ ਜਿਸ ਜਿਵੇਂ ਸਾਡੇ ਜਿਹੜੇ ਮਹਾਪੁਰਖ ਹੈਗੇ ਸਮੇਂ-ਸਮੇਂ ਦੇ ਵਿੱਚ ਆਪਣਾ ਜਿਹੜਾ ਗਿਆਨ ਦਾ ਚਾਨਣ ਹੈਗਾ ਉਹ ਸੰਸਾਰ ਦੇ ਵਿੱਚ ਵੰਡ ਰਿਹਾ ਸੋ ਦਾਸ ਮਿਸਟਰ ਮੁਕਾਇਲਫ ਦੀ ਜਿਹੜੀ ਪਹਿਲੀ ਮਿਲਣੀ ਬਾਬਾ ਸਾਧੂ ਸਿੰਘ ਦੇ ਨਾਲ ਹੋਈ ਸੀ ਜੇ ਇਸ ਤੋਂ ਪ੍ਰਭਾਵਿਤ ਹੋਗੇ ਮਿਸਟਰ ਮਕੇਲਫਸਾ ਜਿਹੜਾ ਮਨ ਤਨ ਸਾਰਾ ਸਿੱਖੀ ਸਿਧਾਂਤਾਂ ਦੇ ਵਿੱਚ ਪੂਰੀ ਤਰ੍ਹਾਂ ਰੰਗਿਆ ਗਿਆ ਸੀ ਤੇ ਜੀਵਨ ਚੜ੍ਹਦੀਆਂ ਕਲਾ ਦੇ ਵਿੱਚ ਹੋ ਗਿਆ ਸੀਗਾ ਉਹਨਾਂ ਦੇ ਜੀਵਨ ਦੀ ਇਹ ਪਹਿਲੀ ਘਟਨਾ ਦਾ ਵਰਣਨ ਕਰਦਾ ਹੋਇਆ ਆਪ ਸਾਰੀਆਂ ਸੰਗਤਾਂ ਤੋਂ ਖਿਮਾ ਦਾ ਜਾਚਕ ਵਾ ਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ